ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਬਦਾਂ ਦੇ ਇਸ ਵਿਦਿਆਰਥੀ ਦੀ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਚਨ ਹੈ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਬਜ਼ੁਰਗਾਂ ਦੀਆਂ ਬਾਬਿਆਂ ਦੀਆਂ ਕਹਾਣੀਆਂ ਜਦੋਂ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡਾ ਯਤਨ ਹੁੰਦਾ ਜੋ ਸਾਨੂੰ ਸਮਝ ਲੱਗਿਆ, ਜੋ ਸਾਡੀਆਂ ਪਹਿਲੀਆਂ ਪੀੜ੍ਹੀਆਂ ਨੂੰ ਸਮਝ ਲੱਗਿਆ ਸੀ ਉਹਨਾਂ ਨੇ ਉਹਨਾਂ ਵਚਨਾਂ ਦੀ ਵਿਆਖਿਆ ਕਰ ਦਿੱਤੀ। ਜੋ ਸਾਨੂੰ ਸਮਝ ਲੱਗ ਰਿਹਾ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਸ਼ਬਦ ਗੁਰੂ ਸਿੱਖ ਸਮਾਜ ਦਾ ਮੂਲ ਸੰਕਲਪਿਕ ਸਰੋਤ ਹੈ। ਸਿੱਖ ਧਰਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਵਜੋਂ ਸਤਿਕਾਰਿਆ ਜਾਂਦਾ। ਇਤਿਹਾਸਕ ਪ੍ਰਵਚਨਾਂ ਅਨੁਸਾਰ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਗਰੋਂ ਗੁਰਿਆਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ। ਸਿੱਖ ਸਮਾਜ ਦੇ ਸਾਰੇ ਧਾਰਮਿਕ, ਸਮਾਜਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਇਸ ਸ਼ਬਦ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਜਾਂਦੀ ਹੈ। ਸ਼ਬਦ ਗੁਰੂ ਦਾ ਪਹਿਲਾ ਪ੍ਰਸੰਗ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਧ ਗੋਸ਼ਟ ਵਿੱਚ ਅੰਕਿਤ ਹੈ। ਗੁਰੂ ਨਾਨਕ ਦੇਵ ਜੀ ਇਸ ਸੰਕਲਪਿਕ ਪ੍ਰਸੰਗ ਨੇ ਸਿੱਖ ਧਰਮ ਵਿੱਚ ਗੁਰਿਆਈ ਦੇ ਸਰੂਪ ਨੂੰ ਪਰਿਵਰਤਿਤ ਕਰ ਦਿੱਤਾ। ਭਾਰਤੀ ਪਰੰਪਰਾ ਵਿੱਚ ਗੁਰੂ ਇੱਕ ਪ੍ਰਾਚੀਨ ਸੰਕਲਪ ਹੈ। ਗੁਰੂ ਨੂੰ ਗਿਆਨ, ਚੇਤਨਾ, ਸੋਝੀ ਅਤੇ ਸਮਝ ਨਾਲ ਜੋੜਿਆ ਜਾਂਦਾ ਹੈ। ਭਾਰਤੀ ਧਰਮ ਪਰੰਪਰਾ ਗੁਰੂ ਦੇ ਵਿਅਕਤੀ ਭਾਰਤੀ ਧਰਮ ਪਰੰਪਰਾ ਵਿੱਚ ਗੁਰੂ ਵਿਅਕਤੀ ਦੇ ਰੂਪ ਵਿੱਚ ਵਿਚਰੇ। ਗੁਰੂ ਅਤੇ ਗੁਰੂਕੁਲ ਦੀ ਪਰੰਪਰਾ ਭਾਰਤੀ ਸਮਾਜਾਂ ਵਿੱਚ 1000 ਈਸਾ ਪੂਰਵ ਤੋਂ ਪ੍ਰਚਲਿਤ ਹੈ। ਇਹ ਗੁਰੂ, ਗੁਰੂ ਦੀਕਸ਼ਾ, ਗੁਰੂ ਮੰਤਰ, ਗੁਰੂ ਦਕਸ਼ਣਾ, ਗੁਰੂ ਪ੍ਰਸੰਨਤਾ, ਗੁਰੂ ਸੇਵਾ, ਗੁਰੂ ਹੁਕਮ, ਗੁਰੂ ਪ੍ਰਸਾਦ ਦੀ ਸ਼ਬਦ ਰੂਪਾਵਲੀ ਦੇ ਅਰਥ ਘੇਰੇ ਦੇ ਧਾਰਨੀ ਹਨ। ਇਹਨਾਂ ਦਾ ਸੰਬੰਧ ਗੁਰੂਕੁਲਾਂ, ਰਾਜਘਰਾਣਿਆਂ ਅਤੇ ਗੁਰਕੁਲਾਂ ਗੁਰੂਆਂ ਦੇ ਰੂਪ ਵਿੱਚ ਧਨਾੜ ਪਰਿਵਾਰਾਂ ਨਾਲ ਹੁੰਦਾ ਸੀ। ਇਹ ਗੁਰੂ ਨਾ ਸਿਰਫ ਧਰਮ ਗ੍ਰੰਥਾਂ ਦਾ ਪਠਨ ਪਾਠਨ ਅਤੇ ਵਿਆਖਿਆ ਹੀ ਸਿਖਾਉਂਦੇ ਸਨ, ਬਲਕਿ ਵਿਆਕਰਣ, ਦਰਸ਼ਨ, ਸ਼ਾਸਤਰ ਵਿੱਦਿਆ, ਸ਼ਸਤਰ ਵਿੱਦਿਆ, ਸੰਗੀਤ ਅਤੇ ਚਿੱਤਰਕਾਰੀ ਦੀ ਦੀਕਸ਼ਾ ਵੀ ਪ੍ਰਦਾਨ ਕਰਦੇ ਸਨ। ਇਹ ਗੁਰੂ ਆਪਣੇ ਸਿੱਖਾਂ ਲਈ ਸਧਾਰਨ ਵਿਅਕਤੀ ਨਹੀਂ ਸਨ, ਬਲਕਿ ਇਹਨਾਂ ਨੂੰ ਉਹ ਦੈਵੀ ਸ਼ਕਤੀ ਵਾਲੇ ਵਿਅਕਤਿਤਵ ਵਜੋਂ ਧਾਰਨ ਕਰਦੇ ਸਨ। ਇਹਨਾਂ ਦੇ ਸਿੱਖ ਸਮਝਦੇ ਸਨ ਇਹਨਾਂ ਦੀ ਬਖਸ਼ਿਸ਼ ਨਾਲ ਸਮੁੱਚੀ ਮਾਨਵਤਾ ਆਪਣੀ ਵਜੂਦਾਤਮਕ ਪ੍ਰਕਿਰਤੀ ਦੀ ਸੋਝੀ ਪ੍ਰਾਪਤ ਕਰ ਸਕਦੀ ਹੈ। ਇਸ ਤਰ੍ਹਾਂ ਦੀ ਸ਼ਕਤੀਸ਼ਾਲੀ ਅਧਿਆਤਮਕ ਅਤੇ ਦੈਵੀ ਸ਼ਕਤੀ ਨੂੰ ਧਾਰਨ ਵਾਲਾ
ਕੋਈ ਸਧਾਰਨ ਵਿਅਕਤੀ ਨਹੀਂ ਹੋ ਸਕਦਾ, ਬਲਕਿ ਪਹੁੰਚਿਆ ਹੋਇਆ ਸਿੱਧ ਪੁਰਖ ਹੀ ਹੋ ਸਕਦਾ ਹੈ। ਸ਼ਾਇਦ ਇਸੇ ਕਰਕੇ ਭਾਰਤੀ ਧਰਮ ਪਰੰਪਰਾ ਦੇ ਇਹ ਗੁਰੂ ਆਪਣੇ ਆਪ ਨੂੰ ਅਤੇ ਇਹਨਾਂ ਦੇ ਸਿੱਖ ਇਹਨਾਂ ਨੂੰ ਰੱਬ ਸਮਝਣ ਦਾ ਭਰਮ ਪਾਲਦੇ ਰਹੇ। ਇਹਨਾਂ ਗੁਰੂ ਵਿਅਕਤੀਆਂ ਦੀ ਗੁਰੂ ਗਿਆਨ ਹਉਮੈ ਅਤੇ ਇਹਨਾਂ ਤੋਂ ਪ੍ਰਭਾਵਿਤ ਤਤਕਾਲੀਨ ਸੱਤਾ ਸ਼ਕਤੀਆਂ ਦੀ ਅਲਪ ਬੁੱਧੀ ਸਦਕਾ ਇਹਨਾਂ ਨੇ ਰਾਜਨੀਤੀ ਅਤੇ ਰਾਜ ਸੱਤਾ ਨਾਲ ਸਹਿਜੀਵਨੀ ਆਤਮਕ ਸੰਬੰਧ ਬਣਾ ਲਏ। ਇਸ ਤੋਂ ਭਾਵ ਹੈ ਕਿ ਇਹ ਗੁਰੂ ਜਿਹੜੇ ਸੀ ਇਹ ਰਾਜ ਸੱਤਾ ਨੂੰ ਦੀ ਮਦਦ ਕਰਦੇ ਸੀ ਅਤੇ ਰਾਜ ਸੱਤਾ ਇਹਨਾਂ ਦੀ ਮਦਦ ਕਰਦੀ ਸੀ। ਸਿੱਟੇ ਵਜੋਂ ਇਹਨਾਂ ਨੇ ਸਮਾਜ ਦੇ ਨੀਵੇਂ ਵਰਗਾਂ ਨੂੰ ਗਿਆਨ ਸਾਧਨਾ ਤੋਂ ਵੰਚਿਤ ਕਰ ਦਿੱਤਾ। ਸਿੱਟੇ ਵਜੋਂ ਹਿੰਦੁਸਤਾਨ ਵਿੱਚ ਇੱਕ ਅੰਦੋਲਨ ਪੈਦਾ ਹੋਇਆ, ਇੱਕ ਸਮਾਜਿਕ ਅੰਦੋਲਨ ਪੈਦਾ ਹੋਇਆ ਜਿਹਨੂੰ ਅਸੀਂ ਭਗਤੀ ਅੰਦੋਲਨ ਦਾ ਨਾਂ ਦਿੰਦੇ ਹਾਂ। ਇਹਦੇ ਨਾਲ ਇੱਕ ਨਵੀਂ ਚੇਤਨਾ ਲਹਿਰ ਪੈਦਾ ਹੋਈ। ਭਗਤ ਜਿੰਨੇ ਵੀ ਭਗਤ ਸਾਡੇ ਸਾਹਮਣੇ ਇਤਿਹਾਸ ਵਿੱਚ ਪੇਸ਼ ਹੋਏ ਉਹ ਸਾਰੇ ਉਸ ਵਰਗ ਨਾਲ ਸੰਬੰਧਿਤ ਸੀ ਜਿਹਨਾਂ ਨੂੰ ਸਮਾਜ ਦਾ ਵੰਚਿਤ ਅਤੇ ਜਾਂ ਦਲਿਤ ਵਰਗ ਕਿਹਾ ਜਾਂਦਾ। ਗੁਰੂ ਨਾਨਕ ਦੇਵ ਜੀ ਇਸ ਧਾਰਮਿਕ ਸਮਾਜਿਕ ਲਹਿਰ ਨੂੰ ਇੱਕ ਸ਼ਕਤੀਸ਼ਾਲੀ ਰੂਪ ਪ੍ਰਦਾਨ ਕਰਦੇ ਹਨ ਔਰ ਅਜਿਹਾ ਕਰਦੇ ਸਮੇਂ ਉਹ ਇੱਕ ਅਜਿਹੇ ਧਰਮ ਦੀ ਸਥਾਪਨਾ ਕਰ ਦਿੰਦੇ ਹਨ ਜਿਹੜਾ ਤਤਕਾਲੀਨ ਸਥਾਪਿਤ ਧਰਮਾਂ ਦੇ ਵਿੱਚੋਂ ਇੱਕ ਅਜਿਹਾ ਧਰਮ ਸੀ ਜਿਹੜਾ ਸਮਾਜ ਦੇ ਸਾਰੇ ਵਰਗਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਸੀ। ਇਸੇ ਧਰਮ ਦੇ ਧਰਮ ਇਤਿਹਾਸਿਕ ਪਰਿਪੇਖ ਵਿੱਚ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੀ ਸੰਕਲਪਨਾ ਦਾ ਸੰਚਾਰ ਕੀਤਾ। ਇੱਥੇ ਗੁਰੂ ਨਾਨਕ ਨਾਲ ਗੁਰੂ ਨਾਲ ਅਗੇਤਰੀ ਰੂਪ ਵਿੱਚ ਸ਼ਬਦ ਜੋੜ ਕੇ ਬਣੇ ਸਮਾਸ ਸ਼ਬਦ ਗੁਰੂ ਦੇ ਅਰਥ ਘੇਰੇ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਣੀ ਪ੍ਰਸੰਗਾਂ ਦੇ ਹਵਾਲੇ ਨਾਲ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ਸਧਾਰਨ ਭਾਸ਼ਾਈ ਵਰਤੋਂ ਵਿੱਚ ਸ਼ਬਦ ਨੂੰ ਧਾਰਮਿਕ ਗ੍ਰੰਥਾਂ ਵਿਚਲੇ ਪਾਠ ਅਤੇ ਇਹਨਾਂ ਦੀ ਪੜ੍ਹਤ ਦਾ ਅਤੇ ਗਾਇਨ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਲਿਖਤ ਪੱਧਰ 'ਤੇ ਸ਼ਬਦ ਇੱਕ ਆਰਥੋਗ੍ਰਾਫੀ ਦੀ ਇਕਾਈ ਹੈ। ਵਿਆਕਰਨ ਪੱਧਰ 'ਤੇ ਛੋਟੀ ਤੋਂ ਛੋਟੀ ਅਰਥਪੂਰਨ ਇਕਾਈ ਨੂੰ ਭਾਵਅੰਸ਼ ਕਿਹਾ ਜਾਂਦਾ ਹੈ। ਇਸ ਨਾਲ ਅਗੇਤਰ ਪਛੇਤਰ ਲੱਗਣ ਉਪਰੰਤ ਬਣੀਆਂ ਇਕਾਈਆਂ ਨੂੰ ਸ਼ਬਦ ਰੂਪ ਕਿਹਾ ਜਾਂਦਾ ਹੈ। ਭਾਰਤੀ ਧਰਮ ਦਰਸ਼ਨ ਅਨੁਸਾਰ ਸਿਆਣੇ ਅਤੇ ਪ੍ਰਬੁੱਧ ਪੁਰਖਾਂ ਦੇ ਵਚਨਾਂ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ। ਨਿਆਇ ਸੂਤਰ ਨਿਆਇ ਵਿਸ਼ੇਸ਼ਕਾਂ ਦੀ ਇੱਕ ਸੂਤਰ ਹੈ, ਆਪ ਤੋਂ ਉਪਦੇਸ਼ਾ ਸ਼ਬਦਾ, ਅਰਥਾਤ ਭਰੋਸੇ ਜੋ ਅਤੇ ਸਿਆਣੇ ਪੁਰਖਾਂ ਦੇ ਉਪਦੇਸ਼ ਨੂੰ ਹੀ ਸ਼ਬਦ ਕਿਹਾ ਜਾਂਦਾ ਹੈ। ਇੱਥੇ ਆਪਤ ਅਰਥਾਤ ਭਰੋਸੇਯੋਗ ਅਤੇ ਸਿਆਣੇ ਪੁਰਖ ਤੋਂ ਭਾਵ ਹੈ ਪਰਮਾਤਮਾ। ਮਾਨਵੀ ਆਪਤ ਦੀ ਸੰਕਲਪਨਾ ਅਰਥਾਤ ਸਿਆਣੇ ਮਨੁੱਖ ਦੀ ਸੰਕਲਪਨਾ ਅਜਿਹੇ ਵਿਅਕਤੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਸ ਨੇ
ਧਰਮ ਦੀ ਪ੍ਰਾਪਤੀ ਅਧੀਨ ਪਰਮਾਤਮਾ ਨੂੰ ਪ੍ਰਤੱਖ ਕਰ ਲਿਆ ਹੋਵੇ ਅਤੇ ਜੋ ਆਪਣੇ ਪ੍ਰਤੱਖ ਦੇ ਸੰਚਾਰ ਲਈ ਭਾਸ਼ਾਈ ਪ੍ਰਵਚਨ ਸਿਰਜ ਸਕੇ। ਮੈਂ ਇਸ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਦੱਸਣਾ ਚਾਹਾਂਗਾ। ਆਪਤ ਤਾਂ ਪਰਮਾਤਮਾ ਹੀ ਹੈ, ਸਭ ਕੁਛ ਜਾਣਨ ਵਾਲਾ ਤਾਂ ਪਰਮਾਤਮਾ ਹੀ ਹੈ, ਪਰ ਜੇ ਕੋਈ ਮਨੁੱਖ ਇੰਨੀ ਸਾਧਨਾ ਕਰਦਾ ਕਿ ਉਸ ਨੂੰ ਵੀ ਪਰਮਾਤਮਾ ਦਾ ਦੀ ਅਨੁਭੂਤੀ ਹੋ ਜਾਂਦੀ ਹੈ, ਉਹਦੇ ਵਜੂਦ ਦੀ ਅਨੁਭੂਤੀ ਹੋ ਜਾਂਦੀ ਹੈ, ਤਾਂ ਉਹ ਆਪਣੀ ਅਨੁਭੂਤੀ ਨੂੰ ਜੋ ਉਹਨੇ ਆਪ ਅਨੁਭਵ ਕੀਤਾ ਉਹ ਦੂਸਰੇ ਨਾਲ ਸਾਂਝੇ ਕਰਨਾ ਚਾਹੁੰਦਾ ਅਤੇ ਉਹਦੇ ਉਹ ਵਚਨ ਜਿਨ੍ਹਾਂ ਦੇ ਰਾਹੀਂ ਉਹ ਆਪਣੀ ਅਨੁਭੂਤੀ ਅਤੇ ਅਨੁਭਵ ਨੂੰ ਦੂਸਰਿਆਂ ਨਾਲ ਸਾਂਝਾ ਕਰਦਾ ਉਹ ਵੀ ਸ਼ਬਦ ਹੁੰਦੇ ਆ। ਇਸ ਤਰ੍ਹਾਂ ਗੁਰੂ ਨਾਨਕ ਬਾਣੀ ਇੱਕ ਇਹੋ ਜਿਹਾ ਹੀ ਅਧਿਆਤਮਿਕ ਸੰਚਾਰ ਵਾਲਾ ਭਾਸ਼ਾਈ ਪ੍ਰਵਚਨ ਹੈ। ਇਸ ਬਾਣੀ ਦੇ ਪ੍ਰਸੰਗ ਵਿੱਚ ਸ਼ਬਦ ਨੂੰ ਪ੍ਰਭਾਸ਼ਿਤ ਕਰਨ, ਇਸ ਦੇ ਅਰਥ ਘੇਰੇ ਨੂੰ ਸੰਚਾਰਿਤ ਕਰਨ ਅਤੇ ਇਸ ਦੇ ਦਾਰਸ਼ਨਿਕ ਪ੍ਰਵੇਖ ਨੂੰ ਉਜਾਗਰ ਕਰਨ ਵਾਲੇ ਪ੍ਰਸੰਗ ਮਿਲਦੇ ਹਨ। ਇੱਥੇ ਸ਼ਬਦ ਨੂੰ ਸੰਚਾਰ ਮਾਧਿਅਮ ਦੇ ਨਾਲ ਨਾਲ ਦੇ ਨਾਲ ਨਾਲ ਸੋਝੀ ਸਰੂਪ ਗੁਰੂ ਅਤੇ ਅਕਾਲ ਪੁਰਖ ਦੇ ਸੰਭਾਵੀ ਰੂਪ ਵਜੋਂ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਗੁਰਬਾਣੀ ਦੇ ਜਿਹੜੇ ਇਹ ਪ੍ਰਸੰਗ ਹੈ, ਗੁਰੂ ਨਾਨਕ ਬਾਣੀ ਦੇ ਜਿਹੜੇ ਇਹ ਪ੍ਰਸੰਗ ਹੈ, ਉਹ ਨਾ ਸਿਰਫ ਭਾਸ਼ਾਈ ਸੰਚਾਰ ਸਿਰਜ ਰਿਹਾ ਹੈ ਬਲਕਿ ਉਹ ਗੁਰੂ ਦੇ ਸਰੂਪ ਦੀ ਸੋਝੀ ਵੀ ਦਿੰਦੇ ਆ ਔਰ ਗੁਰੂ ਦੇ ਮਾਧਿਅਮ ਦੇ ਰਾਹੀਂ ਅਕਾਲ ਪੁਰਖ ਦੀ ਸੋਝੀ ਪ੍ਰਾਪਤ ਕਰਨ ਦਾ ਮਾਧਿਅਮ ਵੀ ਬਣਦੇ ਆ। ਜਿਹੜੀ ਸ਼ਬਦ ਗੁਰੂ ਦੀ ਸੰਕਲਪਨਾ ਗੁਰੂ ਨਾਨਕ ਸਾਹਿਬ ਨੇ ਦਿੱਤੀ ਉਹਦਾ ਇੱਕ ਪ੍ਰਸੰਗ ਸਾਨੂੰ ਸਿੱਧ ਗੋਸ਼ਟ ਬਾਣੀ ਵਿੱਚੋਂ ਮਿਲਦਾ। ਸਿੱਧ ਗੋਸ਼ਟ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 943 'ਤੇ ਅੰਕਿਤ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਰਥਾਤ ਪਵਨ ਜਾਂ ਪ੍ਰਾਣ ਹਸਤੀ ਦਾ ਆਰੰਭ ਹੈ, ਇਹ ਵੇਲਾ ਸਤਿਗੁਰੂ ਦੀ ਮਤ ਲੈਣ ਦਾ ਹੈ, ਸ਼ਬਦ ਗੁਰੂ ਹੈ ਅਤੇ ਸੁਰਤ ਦੀ ਨਿਰੰਤਰ ਧਾਰਾ ਇਸ ਦਾ ਚੇਲਾ ਹੈ। ਹੁਣ ਜਿਹੜਾ ਇਹ ਸ਼ਬਦਿਕ ਅਰਥ ਹੈ ਇਹਨੂੰ ਖੋਲ੍ਹ ਕੇ ਦੇਖੋ। ਪਵਨ ਆਰੰਭ ਹੈ, ਮਾਨਵੀ ਜੀਵਨ ਵਜੂਦ ਧਾਰਨ ਕਰਦਾ ਜਦੋਂ ਉਹਨੂੰ ਪਹਿਲਾ ਸਾਹ ਆਉਂਦਾ, ਬੱਚਾ ਜਨਮ ਲੈਂਦਾ। ਬੱਚੇ ਨੂੰ ਅਸੀਂ ਉਦੋਂ ਉਹਦਾ ਜਨਮ ਲਿਆ ਸਮਝਦੇ ਹਾਂ ਜਦੋਂ ਉਹਨੂੰ ਪਹਿਲਾ ਸਾਹ ਆਉਂਦਾ ਔਰ ਜਦੋਂ ਇਹ ਸਾਹ ਸਮਾਪਤ ਹੋ ਜਾਂਦਾ ਤਾਂ ਸਰੀਰ ਦਾ ਅੰਤ ਹੋ ਜਾਂਦਾ। ਜੇ ਸਰੀਰ ਦਾ ਆਰੰਭ ਪਵਨ ਹੈ ਤਾਂ ਇਹ ਸਮਾਂ ਜਿਹੜਾ ਸਰੀਰ ਨੂੰ ਪਵਨ ਦੇ ਰਾਹੀਂ ਮਿਲਿਆ ਇਹ ਗੁਰੂ ਦੀ ਮਤ ਲੈਣ ਵਾਲਾ ਹੈ, ਇਹ ਅਕਲ ਲੈਣ ਵਾਲਾ ਹੈ, ਇਹ ਉਹ ਸੋਝੀ ਲੈਣ ਵਾਲਾ ਹੈ ਜਿਹੜੀ ਸਾਨੂੰ ਮਨੁੱਖਾ ਜੀਵਨ ਵਿੱਚ ਹੀ ਪ੍ਰਾਪਤ ਹੋ ਸਕਦੀ ਹੈ ਔਰ ਇਹਦਾ ਮਾਧਿਅਮ ਸ਼ਬਦ ਹੈ। ਕਿਉਂਕਿ ਸੋਝੀ ਦਾ ਮਾਧਿਅਮ ਸ਼ਬਦ ਹੈ ਇਸ ਕਰਕੇ ਸ਼ਬਦ ਗੁਰੂ ਹੈ ਔਰ ਸ਼ਬਦ ਨਾਲ ਜੋ ਕੁਛ ਪ੍ਰਾਪਤ ਹੁੰਦਾ ਉਹ ਸੁਰਤ ਹੈ। ਮੈਂ ਉਦਾਹਰਣ ਲੈਣੀ ਚਾਹੂੰਗਾ ਕਿ ਸੁਰਤ ਕੀ ਹੁੰਦੀ ਹੈ। ਇੱਕ ਬੱਚਾ ਜਨਮ ਲੈਂਦਾ, ਅਸੀਂ ਉਹਨੂੰ ਇੱਕ ਸ਼ਬਦ ਦਿੰਦੇ ਹਾਂ ਉਹਦਾ ਨਾਂ,
ਔਰ ਅਸੀਂ ਵਾਰ ਵਾਰ ਉਦਾਹਰਾਉਂਦੇ ਹਾਂ ਕਿ ਤੇਰਾ ਨਾਂ ਇਹ ਹੈ। ਮੈਂ ਇੱਕ ਉਦਾਹਰਣ ਲੈਂਦਾ, ਇੱਕ ਬੱਚਾ ਜਿਹੜਾ ਨਾਨਕੀ ਜੰਮਿਆ ਉਹਦਾ ਨਾਂ ਰੱਖ ਲਿਆ ਗਿਆ ਨੰਨੂ। ਹੁਣ ਨੰਨੂ ਉਹਦਾ ਨਾਂ ਉਹਨੂੰ ਸੁਣਾਇਆ ਗਿਆ, ਸਿਰਫ ਉਹਨੂੰ ਨਹੀਂ ਸੁਣਾਇਆ ਗਿਆ, ਸਾਰਿਆਂ ਨੂੰ ਸੁਣਾਇਆ ਗਿਆ ਕਿ ਇਸ ਬੱਚੇ ਦਾ ਨਾਂ ਨੰਨੂ ਹੈ। ਔਰ ਨੰਨੂ ਸ਼ਬਦ ਦੇ ਰਾਹੀਂ ਉਹ ਬੱਚਾ ਸਾਰਿਆਂ ਦੀ ਸੁਰਤ ਵਿੱਚ ਅੰਕਿਤ ਹੋ ਗਿਆ ਕਿ ਆਹ ਜਿਹੜਾ ਬੱਚਾ ਹੈ ਇਹਦਾ ਨਾਂ ਨੰਨੂ ਹੈ। ਹੌਲੀ ਹੌਲੀ ਉਸ ਬੱਚੇ ਨੂੰ ਸ਼ਬਦ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਵੀ ਇਹ ਮੇਰੀ ਮਾਂ ਹੈ, ਇਹ ਮੇਰੀ ਮਾਂ ਦੇ ਨਾਲ ਜੁੜਿਆ ਹੋਇਆ ਬੰਦਾ ਜਿਹੜਾ ਇਹਦਾ ਪਤੀ ਹੈ ਉਹ ਮੇਰਾ ਪਿਓ ਹੈ, ਇਸ ਮਾਂ ਦੇ ਬਾਕੀ ਬੱਚੇ ਜਿਹੜੇ ਉਹ ਮੇਰੇ ਭੈਣ ਭਰਾ ਹੈ। ਇਹਨਾਂ ਸਾਰਿਆਂ ਸ਼ਬਦਾਂ ਤੋਂ ਮਾਂ ਪਿਓ ਭੈਣ ਭਰਾ ਬੱਚੇ ਦੀ ਸੁਰਤ ਵਿੱਚ ਸਮਾਜ ਅੰਕਿਤ ਹੁੰਦਾ, ਉਹਦੀ ਸੁਰਤ ਨੂੰ ਸੋਝੀ ਹੁੰਦੀ ਹੈ ਕਿ ਮੇਰੇ ਆਲੇ ਦੁਆਲੇ ਜਿਹੜੇ ਵਿਅਕਤੀ ਵਿਚਰ ਰਹੇ ਆ ਇਹ ਸਾਰੇ ਮੇਰੀ ਮਾਂ ਦੇ ਨਾਲ ਦੇ ਰਾਹੀਂ ਮੇਰੇ ਨਾਲ ਜੁੜੇ ਹੋਏ ਆ। ਸ਼ਾਇਦ ਜਦੋਂ ਅਸੀਂ ਸ਼ਬਦ ਦੇ ਮਾਧਿਅਮ ਦੇ ਰਾਹੀਂ ਅਕਾਲ ਪੁਰਖ ਨੂੰ ਅਕਾਲ ਪੁਰਖ ਦੀ ਸੋਝੀ ਪ੍ਰਾਪਤ ਕਰਦੇ ਹਾਂ ਤਾਂ ਫਿਰ ਉਹਦਾ ਵਜੂਦ ਕੋਈ ਨਹੀਂ, ਉਹ ਤਾਂ ਨਿਰਭਾ ਨਿਰਭੈ ਦੈਰ ਹੈ, ਨਿਰਭਉ ਹੈ, ਉਹ ਤਾਂ ਅਜੂਨੀ ਹੈ, ਉਹ ਤਾਂ ਸਹਿਬੰਗ ਹੈ। ਜਿਹਦਾ ਵਜੂਦ ਕੋਈ ਨਹੀਂ, ਜਿਹਦਾ ਨਿਰਾਕਾਰ ਹੈ, ਉਹਦੀ ਸੋਝੀ ਸਿਰਫ ਨਾਮ ਨਾਲ ਹੀ ਹੋ ਸਕਦੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜੱਗ ਬਹੁ ਰਾਣਾ। ਜਿਹਦੇ ਕੋਲ ਸ਼ਬਦ ਨਹੀਂ ਹੈਗੇ ਉਹ ਤਾਂ ਕਮਲਿਆਂ ਵਰਗਾ ਹੈ, ਬੌਰਾ ਹੈ, ਉਹ ਤਾਂ ਉਹਨੂੰ ਤਾਂ ਸਮਝ ਹੀ ਕੋਈ ਨਹੀਂ। ਅਤੇ ਇਹਦਾ ਉਲਟ ਵੀ ਸਹੀ ਹੈ, ਜਿਹਦੇ ਕੋਲ ਜਿੰਨੇ ਜ਼ਿਆਦਾ ਸ਼ਬਦ ਹੈ ਉਹਨਾਂ ਉਹ ਜ਼ਿਆਦਾ ਸਿਆਣਾ, ਉਹਨੂੰ ਸੋਝੀ ਜ਼ਿਆਦਾ ਹੈ। ਔਰ ਮੈਂ ਇੱਥੇ ਉਦਾਹਰਣ ਲੈਣੇ ਚਾਹੂੰਗਾ ਕਿ ਜੇ ਇੱਕ ਬੰਦਾ ਬੱਚਾ ਸਿਰਫ ਪਿੰਡ ਦੀ ਭਾਸ਼ਾ ਜਾਣਦਾ ਹੈ ਤਾਂ ਉਹਦੀ ਸੋਝੀ ਪਿੰਡ ਤੱਕ ਸੀਮਤ ਹੈ। ਜਿਹੜਾ ਬੱਚਾ ਸਕੂਲ ਚਲਾ ਜਾਂਦਾ, ਸਕੂਲ ਜਾ ਕੇ ਉਹਨੂੰ ਅੱਖਰਾਂ ਦਾ ਗਿਆਨ ਹੁੰਦਾ, ਉਹਦੀ ਸੋਝੀ ਵਿੱਚ ਵਾਧਾ ਹੋ ਜਾਂਦਾ, ਉਹਦੀ ਸੁਰਤ ਹੋਰ ਜਾਗਰਤ ਹੋ ਜਾਂਦੀ ਹੈ। ਅਤੇ ਜਿਹੜਾ ਬੱਚਾ ਪਿੰਡ ਤੋਂ ਉੱਠ ਕੇ ਕੈਨੇਡਾ ਵਿੱਚ ਆ ਜਾਂਦਾ, ਕੈਨੇਡਾ ਵਿੱਚ ਆ ਕੇ ਉਹਨੂੰ ਇੱਥੋਂ ਦੇ ਸਮਾਜ ਦੀ ਸੋਝੀ ਹੁੰਦੀ ਹੈ, ਇੱਥੋਂ ਦੀ ਪ੍ਰਕਿਰਤਿਕ ਵਰਤਾਰਿਆਂ ਦੀ ਸੋਝੀ ਹੁੰਦੀ ਹੈ। ਜਿਹੜਾ ਇੱਥੇ ਨਹੀਂ ਆਇਆ, ਜਿਹਨੇ ਇੱਥੋਂ ਦੀ ਪ੍ਰਕਿਰਤੀ ਨਹੀਂ ਵੇਖੀ, ਇੱਥੋਂ ਦਾ ਸਮਾਜ ਨਹੀਂ ਦੇਖਿਆ, ਉਹਦੇ ਕੋਲ ਬਹੁਤ ਸਾਰੀ ਸ਼ਬਦਾਵਲੀ ਨਹੀਂ ਹੋਏਗੀ ਅਤੇ ਉਹਦੇ ਕੋਲ ਸੋਝੀ ਵੀ ਨਹੀਂ ਹੋਏਗੀ। ਬਾਣੀ ਦੇ ਇਹਨਾਂ ਪ੍ਰਸੰਗਾਂ ਤੋਂ ਦੋ ਤੱਤ ਸਪਸ਼ਟ ਹੁੰਦੇ ਆ, ਜਿਵੇਂ ਕਿ ਮਾਨਵੀ ਜੀਵਨ ਜਿਹੜਾ ਉਹਦਾ ਆਧਾਰ ਪ੍ਰਾਣ ਹੈ, ਔਰ ਇਸ ਪ੍ਰਾਣ ਦੇ ਰੁਕਣ ਨਾਲ ਰੁਕ ਜਾਣ ਨਾਲ ਜੀਵਨ ਦਾ ਅੰਤ ਹੋ ਜਾਂਦਾ। ਉਸੇ ਤਰ੍ਹਾਂ ਸੋਝੀ ਅਤੇ ਸੁਰਤ ਵਾਲੇ ਮਾਨਵੀ ਜੀਵਨ ਦਾ ਆਰੰਭ ਵੀ ਗੁਰੂ ਨਾਲ ਹੀ ਹੁੰਦਾ। ਮਾਨਵੀ ਜੀਵਨ ਸਾਹ ਨਾਲ ਚੱਲਦਾ, ਲੇਕਿਨ ਜਿਹੜਾ ਸੋਝੀ ਵਾਲਾ ਜੀਵਨ ਹੈ ਉਹਦੇ ਲਈ ਸਾਨੂੰ ਗੁਰੂ ਚਾਹੀਦਾ। ਦੂਜਾ, ਜਿਹੜੇ ਮਨੁੱਖ ਗੁਰੂ ਤੋਂ ਵਾਂਝੇ ਰਹਿ ਜਾਂਦੇ ਆ ਉਹ ਕੇਵਲ ਜੀਵ ਵਿਗਿਆਨਕ ਪੱਧਰ 'ਤੇ ਜੀਵਨ ਬਤੀਤ ਕਰਦੇ ਆ, ਜਿਵੇਂ ਬਾਕੀ ਜਾਨਵਰ ਜਿਉਂਦੇ ਆ ਉਹ ਵੀ ਆਪਣਾ ਜੀਵਨ
ਉਵੇਂ ਕੱਟ ਲੈਂਦੇ ਆ। ਪਰ ਜਿਹੜੇ ਮਨੁੱਖ ਨੂੰ ਸ਼ਬਦ ਗੁਰੂ ਦੀ ਸੋਝੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦੀ ਬਖਸ਼ਿਸ਼ ਨਾਲ ਸ਼ਬਦ ਮਿਲ ਜਾਂਦਾ ਹੈ, ਉਹਨਾਂ ਲਈ ਸ਼ਬਦ ਗੁਰੂ ਹੈ, ਪੀਰ ਹੈ। ਅਤੇ ਇਹ ਮਨੁੱਖ ਜਿਹੜੇ ਆ ਇਹਨਾਂ ਨੂੰ ਇਸ ਸੁਰਤ ਵਿੱਚ ਸਧਾਰਨ ਜੀਵ ਵਿਗਿਆਨਕ ਲੋੜਾਂ ਦੇ ਨਾਲ ਨਾਲ ਗਿਆਨ ਦੀਆਂ ਲੋੜਾਂ ਦੀ ਸੋਝੀ ਵੀ ਮਿਲਦੀ ਹੈ। ਇਸੇ ਲਈ ਗੁਰੂ ਸਾਹਿਬ ਜਦੋਂ ਜਪ ਜੀ ਦੇ ਇੱਕ ਸਲੋਕ ਵਿੱਚ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ, ਪਵਨ ਨਾ ਹੋਵੇ ਤਾਂ ਸਾਹ ਨਹੀਂ ਆਉਂਦਾ। ਗੁਰੂ ਤਾਂ ਸਾਡਾ ਸਾਹ ਹੈ, ਗੁਰੂ ਤਾਂ ਸਾਡਾ ਜੀਵਨ ਹੈ। ਔਰ ਗੁਰੂ ਕੌਣ ਹੈ? ਸ਼ਬਦ। ਸ਼ਬਦ ਨਹੀਂ ਹੋਣਗੇ ਤਾਂ ਸੋਝੀ ਨਹੀਂ ਹੋਏਗੀ, ਔਰ ਜੇ ਸ਼ਬਦ ਨਹੀਂ ਹੋਏਗਾ ਤਾਂ ਗੁਰੂ ਵੀ ਨਹੀਂ ਹੋਏਗਾ। ਗੁਰੂ ਦੀ ਇਹ ਸੰਕਲਪਨਾ ਜਿਹੜੀ ਹੈ ਇਹ ਗੁਰੂ ਨਾਨਕ ਸਾਹਿਬ ਦੀ ਬਹੁਤ ਸਾਰੀ ਬਾਣੀ ਦੇ ਵਿੱਚ ਸਾਨੂੰ ਮਿਲਦੀ ਹੈ। ਗੁਰੂ ਨਾਨਕ ਬਾਣੀ ਦੇ ਕੁਝ ਪ੍ਰਸੰਗ ਮੈਂ ਤੁਹਾਡੇ ਨਾਲ ਸਾਂਝੇ ਕਰਦਾ, ਜਿੱਥੇ ਉਹ ਸ਼ਬਦ ਦੀ ਸ਼ਬਦ ਨੂੰ ਮਾਧਿਅਮ ਮੰਨਦੇ ਆ ਤਿੰਨਾਂ ਦੁਨੀਆਵਾਂ ਦਾ, ਧਰਤੀ ਦਾ, ਅਕਾਲ ਆਕਾਸ਼ ਦਾ ਅਤੇ ਪਾਤਾਲ ਦਾ। ਗੁਰੂ ਸਾਹਿਬ ਦੀ ਇੱਕ ਬਹੁਤ ਮਹੱਤਵਪੂਰਨ ਬਾਣੀ ਹੈ ਓਂਕਾਰ ਬਾਣੀ, ਉਹਦਾ ਆਰੰਭ ਹੁੰਦਾ ਓਂਕਾਰ ਬ੍ਰਹਮਾ ਉਤਪਤੀ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਯੁਗ ਭਏ, ਓਂਕਾਰ ਵੇਦ ਨਿਰਮਏ, ਓਂਕਾਰ ਸ਼ਬਦ ਉਦਰੇ, ਓਂਕਾਰ ਗੁਰਮੁਖ ਤਰੇ। ਅਰਥਾਤ ਓਂਕਾਰ ਨੂੰ ਚਿੱਤ ਵਿੱਚ ਰੱਖ ਕੇ ਓਂਕਾਰ ਰਾਹੀਂ ਬ੍ਰਹਮਾ ਨੇ ਪੱਥਰ, ਯੁੱਗ, ਵੇਦ ਅਤੇ ਗਿਆਨ ਦੀ ਸਿਰਜਣਾ ਕੀਤੀ। ਇੱਥੇ ਬਹੁਤ ਮਹੱਤਵਪੂਰਨ ਹੈ, ਸ਼ਬਦ ਜਿਹੜਾ ਉਹਦੇ ਰਾਹੀਂ ਓਂਕਾਰ ਨੇ ਬ੍ਰਹਮਾ ਨੂੰ ਸਿਰਜਿਆ। ਬ੍ਰਹਮਾ ਇੱਕ ਕੌਨਸੈਪਟ ਹੈ, ਇੱਕ ਸੰਕਲਪ ਹੈ। ਬ੍ਰਹਮਾ ਹਿੰਦੂ ਇਤਿਹਾਸ ਦਾ ਦੇਵਤਾ ਹੈ ਜਿਹਨੂੰ ਸਿਰਜਣਾ ਦੇ ਨਾਲ ਜੋੜਿਆ ਜਾਂਦਾ ਹੈ। ਔਰ ਇਹ ਸਮਝਿਆ ਜਾਂਦਾ ਕਿ ਪ੍ਰਕਿਰਤੀ ਦੀ ਸਿਰਜਣਾ ਉਹਨੇ ਕੀਤੀ, ਵੇਦਾਂ ਦੀ ਸਿਰਜਣਾ ਉਹਨੇ ਕੀਤੀ, ਪਰ ਉਹਦੀ ਸਿਰਜਣਾ ਓਂਕਾਰ ਨੇ ਕੀਤੀ। ਓਂਕਾਰ ਨੂੰ ਉਸਨੇ ਚਿੱਤ ਵਿੱਚ ਰੱਖਿਆ, ਆਪਣੇ ਉਹਦੇ ਆਸ਼ੀਰਵਾਦ ਰੱਖਿਆ, ਔਰ ਓਂਕਾਰ ਦੀ ਮਦਦ ਨਾਲ ਉਹਨੇ ਪਹਿਲਾਂ ਸੈਲ ਰਚੇ, ਯੁੱਗ ਰਚੇ। ਇਹ ਦੋ ਮਹੱਤਵਪੂਰਨ ਗੱਲਾਂ। ਸੈਲ ਹੁੰਦਾ ਪੱਥਰ, ਯੁੱਗ ਹੁੰਦਾ ਕਾਲ, ਔਰ ਜਿੰਨਾ ਇਹ ਬ੍ਰਹਿਮੰਡ ਦਾ ਵਰਤਾਰਾ ਹੈ ਉਹਦੇ ਦੋ ਧੁਰੇ ਹੈ, ਇੱਕ ਕਾਲ ਔਰ ਇੱਕ ਪਦਾਰਥ। ਇਹ ਸਾਰਾ ਪਦਾਰਥ ਕਾਲ ਦੇ ਵਿੱਚ ਗਤੀਸ਼ੀਲ ਹੈ। ਕਾਲ ਵੀ ਉਹਨੇ ਰਚਿਆ ਅਤੇ ਪਦਾਰਥ ਵੀ ਉਹਨੇ ਰਚਿਆ। ਨਾ ਸਿਰਫ ਪਦਾਰਥ ਅਤੇ ਕਾਲ ਹੀ, ਬਲਕਿ ਗਿਆਨ ਵੀ ਉਸੇ ਨੇ ਰਚਿਆ, ਵੇਦ ਨਿਰਮਏ। ਔਰ ਫਿਰ ਹੈਗਾ ਓਂਕਾਰ ਸ਼ਬਦ ਉਦਰੇ, ਓਂਕਾਰ ਨੇ ਹੀ ਸ਼ਬਦਾਂ ਨੂੰ ਪੈਦਾ ਕੀਤਾ, ਓਂਕਾਰ ਦੇ ਮਾਧਿਅਮ ਦੇ ਰਾਹੀਂ ਹੀ ਸ਼ਬਦ ਪ੍ਰਗਟ ਹੋਇਆ।
ਔਰ ਓਮਕਾਰ ਗੁਰਮੁਖ ਤਰੇ। ਔਰ ਸ਼ਬਦਾਂ ਦੇ ਮਾਧਿਅਮ ਰਾਹੀਂ ਓਮਕਾਰ ਨੇ ਜਿਹੜੇ ਸ਼ਬਦ ਰਚੇ ਸੀ, ਗੁਰਮੁਖ ਵੀ ਉਸੇ ਰਾਹੀਂ ਤਰੇ। ਔਰ ਇੱਥੇ ਸ਼ਬਦ ਹੈਗਾ ਗੁਰਮੁਖ। ਜੇ ਸ਼ਬਦ ਗੁਰੂ ਹੈ ਤੇ ਜਿਹੜਾ ਸ਼ਬਦ ਨੂੰ ਧਾਰਨ ਕਰਦਾ, ਜਿਹਦਾ ਮੂੰਹ ਸ਼ਬਦ ਵੱਲ ਹੈ, ਜਿਹੜਾ ਜਿਹੜਾ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦਾ, ਉਹ ਗੁਰਮੁਖ ਹੈ। ਸਾਡੇ ਸਾਹਮਣੇ ਪਰੰਪਰਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਬਖਸ਼ਿਆ। ਜਦੋਂ ਅਸੀਂ ਗੁਰੂ ਸਾਹਿਬ ਵੱਲ ਮੂੰਹ ਕਰਦੇ ਹਾਂ ਤਾਂ ਇੱਕ ਉਹਦਾ ਅਰਥ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਬੈਠੀਏ, ਕਿ ਫਿਰ ਸਾਨੂੰ ਸਾਖੀ ਵੀ ਤਾਂ ਸੁਣਾਈ ਜਾਂਦੀ ਹੈ। ਬਾਬਾ ਮੱਕੇ ਗਿਆ ਤੇ ਬਾਬੇ ਨੇ ਕਿਹਾ ਜਿੱਧਰ ਰੱਬ ਨਹੀਂ ਮੇਰੇ ਪੈਰ ਉੱਧਰ ਕਰ ਦਿਓ। ਰੱਬ ਤਾਂ ਫਿਰ ਚਾਰੇ ਪਾਸੇ ਹੀ ਹੈ। ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਬੈਠਣ ਦਾ ਮਤਲਬ ਸਿਰਫ ਇਹ ਨਹੀਂ ਕਿ ਉਹਦੇ ਵੱਲ ਬੈਠਣਾ ਹੀ ਕਰਨੇ, ਗੁਰੂ ਗ੍ਰੰਥ ਸਾਹਿਬ ਵੱਲ ਦੇ ਗੁਰਮੁਖ ਹੋਣ ਦਾ ਮਤਲਬ ਹੈ ਅਸੀਂ ਉਹਨੂੰ ਪੜ੍ਹਨਾ ਵੀ ਹੈ, ਉਹਨੂੰ ਸੁਣਨਾ ਵੀ ਹੈ, ਔਰ ਉਹਨੂੰ ਉਹਦੇ 'ਤੇ ਮਨਨ ਵੀ ਕਰਨਾ। ਗਾਵੀਏ, ਸੁਣੀਏ, ਮੰਨੀਏ, ਗੁਰੂ ਦਾ ਵਚਨ ਹੈ। ਔਰ ਪਰੰਪਰਾ ਨੇ ਸਾਨੂੰ ਪਾਠ ਕਰਨ ਦੀ ਮਰਿਆਦਾ ਦੱਸੀ ਹੈ, ਨਿਤਨੇਮ ਕਰਨ ਦੀ ਮਰਿਆਦਾ ਦੱਸੀ ਹੈ, ਕੀਰਤਨ ਦੀ ਮਰਿਆਦਾ ਦਿੱਤੀ ਹੈ। ਜਿਹੜਾ ਪੜ੍ਹ ਸਕਦਾ ਉਹ ਆਪ ਪੜ੍ਹੇ, ਜਿਹੜਾ ਪੜ੍ਹ ਨਹੀਂ ਸਕਦਾ ਉਹ ਸੁਣੇ, ਅਤੇ ਜਾਂ ਫਿਰ ਉਹ ਕੀਰਤਨ ਨੂੰ ਸੁਣੇ ਜਾਂ ਫਿਰ ਵਿਆਖਿਆਕਾਰ ਨੂੰ ਸੁਣੇ। ਗੁਰੂ ਦੇ ਸ਼ਬਦਾਂ ਦੀ ਵਿਆਖਿਆ ਉਹ ਕਿਵੇਂ ਕਰਦੇ ਆ? ਇਸੇ ਬਾਣੀ ਦੇ ਇਸੇ ਸ਼ਬਦ ਦੇ ਅੰਤ 'ਤੇ ਉਹ ਕਹਿੰਦਾ, ਗੁਰੂ ਸਾਹਿਬ ਕਹਿੰਦੇ ਆ, ਓਨਮ ਅੱਖਰ ਕਰੋ ਵਿਚਾਰ, ਓਨਮ ਅੱਖਰ ਤ੍ਰੇ ਭਵਨ ਸਾਰ। ਇਹ ਜਿਹੜਾ ਓਮਕਾਰ ਹੈ ਇਹਦੇ 'ਤੇ ਵਿਚਾਰ ਕਰੋ, ਇਹਨਾਂ ਅੱਖਰਾਂ 'ਤੇ ਵਿਚਾਰ ਕਰੋ। ਇਹਦੇ ਵਿੱਚ ਤਿੰਨੇ ਸੰਸਾਰ ਸ਼ਾਮਿਲ ਹੈ, ਤਿੰਨਾਂ ਸੰਸਾਰਾਂ ਦੀ ਸੋਝੀ ਸ਼ਾਮਿਲ ਹੈ। ਜੇ ਸ਼ਬਦ ਗੁਰੂ ਹੈ ਤਾਂ ਫਿਰ ਸਾਨੂੰ ਸ਼ਬਦ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਵੀ ਹੋਏ ਸੀ, ਉਹਨਾਂ ਦੀ ਬਾਣੀ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਕਿ ਉਹ ਅੱਜ ਵੀ ਹੈਗੇ ਹੈ। ਗੁਰੂ ਨਾਨਕ ਸਾਹਿਬ ਸਰੀਰ ਰੂਪ ਵਿੱਚ ਤਾਂ 1469 ਤੋਂ ਬਾਅਦ ਰਹੇ, ਲੇਕਿਨ ਸ਼ਬਦ ਰੂਪ ਵਿੱਚ ਅੱਜ ਵੀ ਹੈਗੇ। ਸਰੀਰ ਦੀ ਇੱਕ ਸੀਮਾ ਹੈ, ਸਰੀਰ ਦੀ ਇੱਕ ਸੀਮਾ ਹੈ ਕਿ ਉਹ ਕਾਲ 'ਚ ਰਹਿ ਸਕਦਾ, ਲੇਕਿਨ ਸ਼ਬਦ ਦੀ ਇਹ ਸੀਮਾ ਨਹੀਂ। ਸ਼ਬਦ ਤਾਂ ਤਿੰਨਾਂ ਕਾਲਾਂ 'ਚ ਹੀ ਰਹਿ ਸਕਦਾ। ਔਰ ਇਸ ਕਰਕੇ ਕਿਹਾ ਜਾਂਦਾ ਸ਼ਬਦ ਸੁਰਤ ਨੂੰ ਜਾਗ੍ਰਿਤ ਕਰਨ ਵਾਲੀ ਰੋਸ਼ਨੀ ਬਣਦਾ। ਗੁਰੂ ਵਚਨ ਹੈ, ਸ਼ਬਦ ਭਾਖਤ ਸਸ ਜੋਤ ਅਪਾਰਾ। ਸ਼ਬਦਾਂ ਦੇ ਪੜ੍ਹਨ ਨਾਲ ਤੁਹਾਡਾ ਦਿਮਾਗ ਰੋਸ਼ਨ ਹੁੰਦਾ। ਸ਼ਬਦ ਅਕਾਲ ਪੁਰਖ ਦੇ ਸਮਰੂਪ ਹੈ, ਅਕਾਲ ਪੁਰਖ ਦਾ ਸਰੂਪ ਹੈ, ਇਸ ਲਈ ਸ਼ਬਦ ਸਰਵ ਵਿਆਪਕ ਹੈ। ਸੋ ਸ਼ਬਦ ਕੋ ਨਿਰੰਤਰ ਵਾਸ, ਅਲਖਮ ਜਾਹ ਦੇਖਾਂ ਤਾਂ ਸੋਈ। ਸ਼ਬਦ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਕਿ ਅਕਾਲ ਪੁਰਖ ਤਾਂ ਸਰਵ ਵਿਆਪਕ ਹੈ। ਔਰ ਇਸ ਕਰਕੇ ਗੁਰੂ ਵਚਨ ਹੈ, ਸੁਰਤ ਸ਼ਬਦ ਭਵ ਸਾਗਰ ਧਰੀ ਹੈ, ਨਾਨਕ ਨਾਮ ਵਿਖਾਣਾ। ਸੁਰਤ ਭਵ ਸਾਗਰ ਧਰ ਜਾਂਦੀ ਹੈ ਸ਼ਬਦ ਦੇ ਮਾਧਿਅਮ ਰਾਹੀਂ, ਨਾਮ ਦੇ ਮਾਧਿਅਮ ਰਾਹੀਂ। ਬੜੀ ਇਹ ਡੂੰਘੀ ਗੱਲ ਹੈ, ਸ਼ਬਦ ਦੇ ਰਾਹ ਮਾਧਿਅਮ ਰਾਹੀਂ ਸੁਰਤ ਕਿਵੇਂ ਤਰਦੀ ਹੈ।
ਸਾਡੀਆਂ ਜਿੰਨੀਆਂ ਸਮੱਸਿਆਵਾਂ ਹੈ, ਭਾਵੇਂ ਉਹ ਸਰੀਰ ਦੀਆਂ ਸਮੱਸਿਆਵਾਂ ਹੈ ਜਾਂ ਸ਼ਬ ਜਾਂ ਸਮਾਜ ਦੀਆਂ ਸਭ ਸਮੱਸਿਆਵਾਂ, ਉਹਨਾਂ ਦਾ ਧਰਾਤਲ ਮਨ ਹੈ। ਔਰ ਇਹਨਾਂ ਸਮੱਸਿਆਵਾਂ ਨੂੰ ਸਮਝਣ ਦਾ ਤਰੀਕਾ ਸਿਰਫ ਗਿਆਨ ਹੈ। ਸਾਨੂੰ ਉਹਨਾਂ ਸਮੱਸਿਆਵਾਂ ਦੇ ਕਾਰਨ ਲੱਭਣੇ ਪੈਂਦੇ ਹੈ। ਜਦੋਂ ਕਾਰਨ ਲੱਭ ਜਾਂਦਾ ਹੈ ਤਾਂ ਵੈਸੇ ਉਹਨਾਂ ਕਾਰਨਾਂ ਨੂੰ ਮਨਫੀ ਕਰ ਸਕਦੇ ਹਾਂ, ਅਤੇ ਜੇ ਕਾਰਨਾਂ ਨੂੰ ਮਨਫੀ ਕਰ ਦਿਆਂਗੇ ਤਾਂ ਸਾਡਾ ਉਹ ਭਵ ਸਾਗਰ ਅਸੀਂ ਲੰਘ ਜਾਵਾਂਗੇ। ਮੈਂ ਕਹਿਣਾ ਚਾਹੁੰਦਾ ਕਿ ਜਿੰਨਾ ਜੇ ਭਵ ਸਾਗਰ ਦਾ ਇੱਥੇ ਭਾਵ ਉਹ ਸਾਰੇ ਦੁੱਖ ਅਤੇ ਤਕਲੀਫਾਂ ਜਿਹੜੀਆਂ ਬੰਦੇ ਨੂੰ ਸਮਾਜ ਅਤੇ ਸਰੀਰ ਦੇ ਪੱਧਰ 'ਤੇ ਜਿਉਣੀਆਂ ਪੈਂਦੀਆਂ, ਜਦੋਂ ਸ਼ਬਦ ਅੰਦਰ ਵੱਸ ਜਾਂਦਾ ਤਾਂ ਹਉਮੈ ਮਮਤਾ ਨੂੰ ਦੂਰ ਕਰ ਦਿੰਦਾ, ਕਾਮ ਕ੍ਰੋਧ ਹੰਕਾਰ ਨੂੰ ਦੂਰ ਕਰ ਦਿੰਦਾ। ਗੁਰੂ ਵਚਨ ਹੈ, ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੇ ਸ਼ਬਦ ਸੋ ਸਮਝ ਪਈ। ਔਰ ਸ਼ਬਦ ਤਾਂ ਗੁਪਤ ਨੂੰ ਪ੍ਰਗਟ ਕਰਦਾ, ਘੱਟ ਘੱਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ। ਔਰ ਗੁਰੂ ਵਚਨ ਹੈ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣ ਹੈ। ਅਕਾਲ ਪੁਰਖ ਦੀ ਸੋਝੀ ਵੀ ਸ਼ਬਦ ਨਾਲ ਹੀ ਹੁੰਦੀ ਹੈ। ਇਹਨਾਂ ਤੋਂ ਸਪਸ਼ਟ ਹੈ ਜਿਹੜੇ ਮੈਂ ਬਾਣੀ ਪ੍ਰਸੰਗ ਸਾਂਝੇ ਕੀਤੇ ਤੁਹਾਡੇ ਨਾਲ ਕਿ ਸ਼ਬਦ ਇੱਕ ਧੁਨੀਆਤਮਕ ਸਰੂਪ ਨਹੀਂ, ਇਹ ਇੱਕ ਸੰਚਾਰੀ ਸਰੂਪ ਹੈ। ਇਹ ਸੁਰਤ ਦੀ ਪੱਧਰ 'ਤੇ ਸੋਝੀ ਆਤਮਕ ਸੰਕਲਪਿਕ ਵਜੂਦ ਹੈ। ਮਾਨਵੀ ਸਰੀਰ ਜਿਹੜਾ ਉਹਦੇ 'ਚ ਪੰਜ ਗਿਆਨ ਇੰਦਰੀਆਂ, ਔਰ ਇਹ ਪੰਜ ਗਿਆਨ ਇੰਦਰੀਆਂ ਜਿਹੜੀਆਂ ਇਹ ਸਾਨੂੰ ਆਪਣੇ ਆਲੇ ਦੁਆਲੇ ਦੇ ਪਦਾਰਥਾਂ ਅਤੇ ਸੰਕਲਪਾਂ ਦਾ ਬੋਧ ਕਰਾਉਂਦੀਆਂ। ਇਹ ਗਿਆਨ ਇੰਦਰੀਆਂ ਜਦੋਂ ਸਾਰੇ ਸੰਸਾਰ ਨੂੰ ਸਾਡੇ ਦਿਮਾਗ ਅੰਦਰ ਭਰ ਦਿੰਦੀਆਂ ਤਾਂ ਅਸੀਂ ਇਹਨਾਂ ਦੇ ਮਾਧਿਅਮ ਦੇ ਰਾਹੀਂ ਸੋਚਦੇ ਹਾਂ ਕਿ ਸੱਚ ਇਹੋ ਹੀ ਹੈ। ਮੈਂ ਉਦਾਹਰਣ ਲੈਣੀ ਚਾਹੂੰਗਾ ਕਿ ਪੰਜ ਗਿਆਨ ਇੰਦਰੀਆਂ ਹੈਗੀਆਂ, ਅੱਖਾਂ, ਨੱਕ, ਜੀਭ, ਕੰਨ ਅਤੇ ਚਮੜੀ। ਅਸੀਂ ਇਹਨਾਂ ਪੰਜਾਂ ਦੇ ਮਾਧਿਅਮ ਰਾਹੀਂ ਆਪਣੇ ਆਲੇ ਦੁਆਲੇ ਦੀ ਸੋਝੀ ਪ੍ਰਾਪਤ ਕਰਦੇ ਹਾਂ, ਔਰ ਇਹਨਾਂ ਦੇ ਮਾਧਿਅਮ ਰਾਹੀਂ ਸਾਨੂੰ ਲੱਗਦਾ ਹੈ ਕਿ ਜੋ ਦਿਸ ਰਿਹਾ ਹੈ ਉਹ ਸਹੀ ਹੈ, ਜੋ ਸੁਣ ਰਿਹਾ ਉਹ ਵੀ ਸਹੀ ਹੈ, ਜੋ ਦਿਸ ਨਹੀਂ ਰਿਹਾ ਸੁਣ ਨਹੀਂ ਰਿਹਾ ਉਹ ਸਹੀ ਨਹੀਂ। ਇਸ ਲਈ ਕਈ ਵਾਰੀ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਰੱਬ ਦਿਸਦਾ, ਅਸੀਂ ਕਹਿੰਦੇ ਨਹੀਂ ਦਿਸਦਾ, ਅਤੇ ਉਹ ਸੋਚਦੇ ਆ ਜੋ ਦਿਸਦਾ ਨਹੀਂ, ਜੋ ਸੁਣਿਆ ਨਹੀਂ ਜਾ ਸਕਦਾ ਉਹ ਹੋ ਸਕਦਾ, ਕੀ ਕੋਈ ਨਿਰਾਕਾਰ ਵਜੂਦ ਹੋ ਸਕਦਾ। ਇਹ ਸਿਰਫ ਸ਼ਬਦ ਹੈ ਜਿਹਦੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗਦਾ ਕਿ ਨਿਰਾਕਾਰ ਵਜੂਦ ਹੋ ਸਕਦਾ। ਜਿਹੜਾ ਸ਼ਬਦ ਹੈ ਉਹ ਸਾਡੀਆਂ ਗਿਆਨ ਇੰਦਰੀਆਂ ਨੂੰ ਮਦਦ ਕਰਦਾ ਕਿ ਅਸੀਂ ਕੀ ਦੇਖਣਾ,
ਜੇ ਸਾਡੇ ਕੋਲ ਸ਼ਬਦ ਨਹੀਂ ਤਾਂ ਸਾਡੀਆਂ ਗਿਆਨ ਇੰਦਰੀਆਂ ਵੀ ਉਹ ਨਹੀਂ ਦੇਖ ਸਕਦੀਆਂ। ਉਦਾਹਰਣ ਵਜੋਂ ਪੰਜਾਬੀ, ਪੰਜਾਬ ਦੇ ਵਿੱਚ ਬਰਫ਼ ਨਹੀਂ ਪੈਂਦੀ, ਲੇਕਿਨ ਜਿਹੜੀ ਬਰਫ਼ ਹੈ ਉਹ ਕਾਰਖਾਨੇ 'ਚ ਵੀ ਬਣਦੀ ਹੈ ਅਤੇ ਰੈਫ੍ਰਿਜਰੇਟਰ 'ਚ ਵੀ ਬਣਦੀ ਹੈ। ਗੁਰੂ ਨਾਨਕ ਬਾਣੀ ਵਿੱਚ ਸ਼ਬਦ ਦੀ ਪ੍ਰਕਿਰਤੀ ਦੇ ਪ੍ਰਸੰਗਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ਼ਬਦ ਕੇਵਲ ਧੁਨੀਆਤਮਕ ਸਰੂਪ ਵਾਲਾ ਸੰਚਾਰ ਮਾਧਿਅਮ ਨਹੀਂ, ਬਲਕਿ ਸੁਰਤੀ ਪੱਧਰ ਦਾ ਸੋਝੀ ਆਤਮਕ ਸੰਕਲਪਿਕ ਵਜੂਦ ਹੈ। ਮਾਨਵੀ ਸਰੀਰ ਗਿਆਨ ਇੰਦਰੀਆਂ ਦੀ ਬਖਸ਼ਿਸ਼ ਵਾਲੇ ਸਰੂਪ ਵਜੋਂ ਵਜੂਦ ਗ੍ਰਹਿਣ ਕਰਦਾ ਹੈ। ਉਸਦਾ ਭਾਸ਼ਾਈ ਸੰਸਾਰ ਜਨਮ ਤੋਂ ਹੀ ਉਸਨੂੰ ਆਪਣੇ ਆਲੇ ਦੁਆਲੇ ਦੇ ਵਿਅਕਤੀਆਂ ਅਤੇ ਪਦਾਰਥਾਂ ਨਾਲ ਸੰਬੰਧ ਸਿਰਜਣ ਦਾ ਮਾਧਿਅਮ ਬਣਦਾ ਹੈ। ਉਸ ਦੀਆਂ ਗਿਆਨ ਇੰਦਰੀਆਂ ਅਤੇ ਉਸ ਦਾ ਭਾਸ਼ਾਈ ਸੰਸਾਰ ਮਿਲ ਕੇ ਉਸਨੂੰ ਕਾਇਆਤਮਕ ਸਧਾਰਨ ਲੋੜਾਂ ਦੀ ਪੂਰਤੀ ਲਈ ਸੰਬੰਧਾਂ ਅਤੇ ਸਹੂਲਤਾਂ ਨੂੰ ਵਰਤਣ ਦੀ ਸੋਝੀ ਦਿੰਦੇ ਹਨ। ਸਮਾਜ ਦੀ ਸਿੱਖਿਆ ਪ੍ਰਣਾਲੀ ਵਿਅਕਤੀ ਨੂੰ ਜੀਵਨ ਨਾਲ ਸੰਬੰਧਿਤ ਆਰਥਿਕ ਅਤੇ ਸਮਾਜਿਕ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਬਣਾਉਣ ਦਾ ਯਤਨ ਕਰਦੀ ਹੈ। ਇਹ ਸਾਰੀ ਪ੍ਰਕਿਰਿਆ ਵਿੱਚ ਉਸਦੀ ਗਿਆਨ ਪ੍ਰਾਪਤੀ ਉਸਦੀਆਂ ਮੁੱਢਲੀਆਂ ਕਾਇਆਤਮਕ ਲੋੜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪੂਰਤੀ ਦਾ ਸਾਧਨ ਬਣਨ ਤੱਕ ਸੀਮਿਤ ਰਹਿੰਦੀਆਂ ਹਨ। ਇਹਨਾਂ ਦੀ ਪੂਰਤੀ ਵਿੱਚ ਉਹ ਨਿਰੰਤਰ ਉਲਝਿਆ ਮਨੁੱਖ ਮੁਕਾਬਲੇ ਵਾਲੀ ਭਟਕਣ ਵਿੱਚ ਪਿਆ ਰਹਿੰਦਾ ਹੈ। ਉਹ ਕਦੇ ਵੀ ਆਪਣੇ ਵਜੂਦਾਤਮਕ ਪ੍ਰਕਿਰਤੀ ਨੂੰ ਨਹੀਂ ਸਮਝ ਸਕਦਾ। ਸੰਸਥਾਈ ਧਰਮ ਉਸਨੂੰ ਕਾਇਆਤਮਕ ਅਨੁਸ਼ਠਾਨੀ ਪ੍ਰਕਿਰਿਆ ਵਿੱਚ ਉਲਝਾਈ ਰੱਖਦੇ ਹਨ। ਉਹ ਇਹਨਾਂ ਦੇ ਨਿਭਾਅ ਨੂੰ ਆਪਣਾ ਅੰਤਮ ਟੀਚਾ ਮਿਥ ਲੈਂਦਾ ਹੈ। ਸੁਰਤ ਜਾਗ੍ਰਿਤੀ ਲਈ ਸ਼ਬਦ ਦੀ ਵਰਤੋਂ ਉਸਦੀ ਪਹੁੰਚ ਵਿੱਚ ਨਹੀਂ ਆਉਂਦੀ। ਭਾਰਤੀ ਇਤਿਹਾਸ ਵਿੱਚ ਸਮਾਜ ਦੇ ਧਰਮ ਸੰਚਾਲਕਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਧਾਰਨ ਮਨੁੱਖ ਨੂੰ ਪ੍ਰਤਿਮਾ ਸੱਭਿਆਚਾਰ ਤੱਕ ਸੀਮਿਤ ਕਰ ਦਿੱਤਾ। ਪ੍ਰਤਿਮਾ ਅਤੇ ਪ੍ਰਤਿਮਾ ਪੂਜਾ ਦਾ ਨਿਯੰਤਰਣ ਪੁਜਾਰੀ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਭਗਤੀ ਅੰਦੋਲਨ ਨੇ ਭਾਰਤੀ ਸਮਾਜ ਨੂੰ ਪ੍ਰਤਿਮਾ ਅਤੇ ਪੁਜਾਰੀ ਦੀ ਪਕੜ ਤੋਂ ਮੁਕਤ ਕਰਵਾਉਣ ਵਾਲੀ ਪ੍ਰਤਿਮਾ ਸੰਕਲਪ ਦੀ ਰੂਹ ਨਾਲ ਜੋੜਨ ਲਈ ਸ਼ਬਦ ਸੰਚਾਰ ਨੂੰ ਸਿਰਜਿਆ। ਸਿਧਾਂਤਕ ਤੌਰ 'ਤੇ ਸ਼ਬਦ ਸੱਭਿਆਚਾਰ ਦੇ ਕੇਂਦਰ ਵਿੱਚ ਸ਼ਬਦ ਸੀ। ਪ੍ਰਤਿਮਾ ਦੁਆਰਾ ਅਤੇ ਪ੍ਰਤਿਮਾ ਅਤੇ ਪੁਜਾਰੀ ਵਿੱਚ ਇਸ ਵਿੱਚੋਂ ਮਨਫੀ ਹੋ ਗਏ। ਸ਼ਬਦ ਮਾਨਵੀ ਵਜੂਦ ਦੀ ਪ੍ਰਭਾਸ਼ਕ ਪ੍ਰਕਿਰਤੀ ਨਾਲ ਸੰਬੰਧਿਤ ਹੈ। ਇਸ ਲਈ ਭਾਰਤੀ ਧਰਮ ਦਰਸ਼ਨ ਸ਼ਬਦ ਨੂੰ ਵਿਰਾਟ ਮਾਨਵੀ ਚੌਕਟੇ ਵਿੱਚ ਰੱਖ ਕੇ ਵੇਖਦਾ ਹੈ। ਗਿਆਨ ਪ੍ਰਾਪਤ ਕਰਨ ਲਈ ਮਨੁੱਖ ਕੋਲ ਗਿਆਨ ਇੰਦਰੀਆਂ ਹਨ। ਇਹੋ ਗਿਆਨ ਇੰਦਰੀਆਂ ਬਾਕੀ ਜੀਵ ਜੰਤੂਆਂ ਵਿੱਚ ਵੀ ਮਿਲਦੀਆਂ ਹਨ, ਪਰ ਮਨੁੱਖ ਕੋਲ ਇਹਨਾਂ ਗਿਆਨ ਇੰਦਰੀਆਂ ਨੂੰ ਵਰਤਣ ਦੇ 6 ਸਾਧਨ ਹਨ ਜਿਨ੍ਹਾਂ ਨੂੰ ਗਿਆਨ ਦੇ ਪ੍ਰਮਾਣ ਮੰਨਿਆ ਜਾਂਦਾ ਹੈ। ਇਹਨਾਂ ਨੂੰ ਪ੍ਰਤਿਅਕਸ਼, ਅਨੁਮਾਨ, ਉਪਮਾ, ਅਰਥਾਪਤੀ, ਅਨੁਪਲਬਧੀ ਅਤੇ ਸ਼ਬਦ ਕਿਹਾ ਜਾਂਦਾ ਹੈ। ਗਿਆਨ ਇੰਦਰੀਆਂ ਰਾਹੀਂ ਸੋਝੀ ਪ੍ਰਾਪਤੀ ਦਾ ਪਹਿਲਾ ਪ੍ਰਮਾਣ ਪ੍ਰਤਿਅਕਸ਼ ਹੈ। ਮਨੁੱਖ ਦਾ ਜਨਮ ਮਗਰੋਂ ਪਹਿਲਾ ਸੰਪਰਕ ਗਿਆਨ ਇੰਦਰੀਆਂ ਦੁਆਰਾ ਹੀ ਹੁੰਦਾ ਹੈ।
ਉਹ ਜੋ ਵੇਖਦਾ ਹੈ, ਸੁਣਦਾ ਹੈ, ਸੁੰਘਦਾ ਹੈ, ਖਾਂਦਾ ਹੈ ਜਾਂ ਛੋਹਦਾ ਹੈ ਉਸਨੂੰ ਸੱਚ ਮੰਨ ਲੈਂਦਾ ਹੈ। ਇਸ ਤਰ੍ਹਾਂ ਪ੍ਰਾਪਤ ਗਿਆਨ ਦੇ ਆਧਾਰ 'ਤੇ ਉਹ ਆਪਣੇ ਆਲੇ ਦੁਆਲੇ ਦੇ ਪ੍ਰਤੱਖਣੀ ਯਥਾਰਥ ਅਰਥਾਤ ਵਸਤੂ ਜਗਤ ਬਾਰੇ ਅਨੁਮਾਨ ਲਗਾਉਂਦਾ ਹੈ। ਆਪਣੇ ਅਤੇ ਹੋਰਨਾਂ ਦੇ ਅਨੁਮਾਨਾਂ ਦੀ ਤੁਲਨਾ ਕਰਕੇ ਉਹ ਗਿਆਨ ਪ੍ਰਾਪਤ ਕਰਦਾ ਹੈ। ਆਪਣੇ ਪ੍ਰਤਿਅਕਸ਼ ਅਨੁਮਾਨ ਅਤੇ ਉਪਮਾ ਰਾਹੀਂ ਪ੍ਰਾਪਤ ਗਿਆਨ ਦੇ ਆਧਾਰ 'ਤੇ ਉਹ ਕੁਝ ਧਾਰਨਾਵਾਂ ਸਥਾਪਿਤ ਕਰਦਾ ਹੈ। ਇਹ ਚਾਰੇ ਗਿਆਨ ਸਾਧਨ ਸਾਰੇ ਸਧਾਰਨ ਮਨੁੱਖਾਂ ਕੋਲ ਹੁੰਦੇ ਹਨ। ਜਿਹੜੇ ਮਨੁੱਖ ਰਤਕ ਸੋਝੀਵਾਨ ਹੁੰਦੇ ਹਨ ਉਹਨਾਂ ਕੋਲ ਗਿਆਨ ਦਾ ਪੰਜਵਾਂ ਮਾਰਗ ਅਣਉਪਲਬਧੀ ਹੁੰਦਾ ਹੈ, ਅਰਥਾਤ ਉਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਉਹਨਾਂ ਨੂੰ ਕੀ ਨਹੀਂ ਪਤਾ। ਇਹ ਪੰਜੇ ਗਿਆਨ ਮਾਰਗ ਮੂਲ ਰੂਪ ਵਿੱਚ ਪ੍ਰਤਿਅਕਸ਼ ਉੱਤੇ ਆਧਾਰਿਤ ਹਨ। ਪ੍ਰਤਿਅਕਸ਼ ਮਾਨਵੀ ਕਾਇਆ ਦੀਆਂ ਸੀਮਤ ਸਮਰੱਥਾ ਵਾਲੀਆਂ ਗਿਆਨ ਇੰਦਰੀਆਂ ਨਾਲ ਬੱਝਾ ਹੋਣ ਕਰਕੇ ਹਮੇਸ਼ਾ ਅਧੂਰਾ ਅਤੇ ਅਸਪਸ਼ਟ ਗਿਆਨ ਹੀ ਦਿੰਦਾ ਹੈ। ਕਈ ਦਫ਼ਾ ਤਾਂ ਇਹ ਮੂਲੋਂ ਹੀ ਗਲਤ ਗਿਆਨ ਦਾ ਸਾਧਨ ਵੀ ਬਣ ਜਾਂਦਾ ਹੈ। ਉਦਾਹਰਣ ਵਜੋਂ ਦੂਰ ਧਰਤੀ ਅਤੇ ਅਸਮਾਨ ਮਿਲਦੇ ਹੋਏ ਨਜ਼ਰ ਆਉਂਦੇ ਹਨ, ਸਾਨੂੰ ਪਤਾ ਹੈ ਉਹ ਮਿਲਦੇ ਨਹੀਂ, ਇਹ ਸਿਰਫ ਸਾਡੀ ਨਜ਼ਰ ਦਾ ਭੁਲੇਖਾ ਹੈ। ਪ੍ਰਤਿਅਕਸ਼ ਸਰੋਤ ਅਰਥਾਤ ਗਿਆਨ ਇੰਦਰੀਆਂ ਕਾਇਆ ਆਧਾਰਿਤ ਹੋਣ ਕਰਕੇ ਕਾਲ ਸੀਮਾ ਵਿੱਚ ਬੱਝੀਆਂ ਹੋਈਆਂ ਹਨ। ਇਸੇ ਲਈ ਵਰਤਮਾਨ ਕਾਲ ਅਤੇ ਸੀਮਤ ਭੂਗੋਲਿਕ ਘੇਰੇ ਵਿੱਚ ਹੀ ਕਰਮਸ਼ੀਲ ਹੋ ਸਕਦੀਆਂ ਹਨ। ਇਸ ਵਾਸਤੇ ਇਹਨਾਂ ਨਾਲ ਕੀਤਾ ਗਿਆ ਪ੍ਰਤੱਖਣ ਵਰਤਮਾਨ ਕਾਲ ਅਤੇ ਕਾਇਆ ਸੀਮਤ ਘੇਰੇ ਵਿੱਚ ਹੀ ਸਿਮਟਿਆ ਰਹਿੰਦਾ ਹੈ। ਬਾਕੀ ਚਾਰੇ ਗਿਆਨ ਸਾਧਨ ਅਨੁਮਾਨ, ਉਪਮਾ, ਅਰਥਾਪਤੀ ਅਤੇ ਅਣਉਪਲਬਧੀ ਕਿਉਂਕਿ ਪ੍ਰਤੱਖ ਉੱਤੇ ਆਧਾਰਿਤ ਹਨ, ਇਸ ਲਈ ਪੰਜਾਂ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਕੀਤਾ ਗਿਆਨ ਇੱਕ ਕਾਲੀ, ਅਧੂਰਾ, ਅਸਪਸ਼ਟ ਅਤੇ ਕਈ ਵਾਰ ਮੂਲੋਂ ਹੀ ਗਲਤ ਹੋ ਸਕਦਾ ਹੈ। ਗਿਆਨ ਪ੍ਰਾਪਤ ਕਰਨ ਦਾ ਛੇਵਾਂ ਸਾਧਨ ਸ਼ਬਦ ਹੈ। ਸ਼ਬਦ ਆਪਣੇ ਸਿਰਜਕ ਦੇ ਅਨੁਭਵ ਨੂੰ ਸੰਚਾਰਦਾ ਹੈ। ਸਿਰਜਣਾ ਉਪਰੰਤ ਸ਼ਬਦ ਆਪਣੇ ਸਿਰਜਕ ਦੇ ਕਾਇਆਤਮਕ ਵਜੂਦ ਅਤੇ ਭੂਗੋਲਿਕ ਸੀਮਾਵਾਂ ਤੋਂ ਮੁਕਤ ਹੋ ਜਾਂਦਾ ਹੈ। ਸਿਰਜਿਤ ਸ਼ਬਦ ਸੁਤੰਤਰ ਰੂਪ ਵਿੱਚ ਪਾਠਕ ਲਈ ਸਿਰਜਕ ਦੇ ਹਵਾਲੇ ਵਾਲਾ ਪਾਠ ਬਣ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਇੱਕ ਪਾਸੇ ਆਪਣੇ ਸਿਰਜਕ ਦੇ ਮਾਨਸਿਕ ਵਜੂਦਾਂ ਨੂੰ ਪ੍ਰਤੱਖ ਭਾਸ਼ਾਈ ਸਰੂਪ ਪ੍ਰਦਾਨ ਕਰਦਾ ਹੈ ਅਤੇ ਦੂਜਾ ਆਪਣੇ ਪਾਠਕਾਂ ਲਈ ਮਾਨਸਿਕ ਵਜੂਦਾਂ ਦੀ ਅਨੁਭੂਤੀ ਦਾ ਮਾਧਿਅਮ ਬਣਦਾ ਹੈ। ਇਸ ਤਰ੍ਹਾਂ ਲਿਖਤ ਰੂਪ ਵਿੱਚ ਸ਼ਬਦ ਨਾ ਸਿਰਫ ਵਕਤੇ ਦੇ ਵਰਤਮਾਨ ਸੰਚਾਰ ਦਾ ਮਾਧਿਅਮ ਹੁੰਦਾ ਹੈ ਬਲਕਿ ਉਸਦੇ ਅਨੁਭਵ, ਸੋਚ, ਗਿਆਨ ਅਤੇ ਬੋਧ ਨੂੰ ਕਾਲ ਮੁਕਤ ਸੰਚਾਰਾਤਮਕਤਾ ਪ੍ਰਦਾਨ ਕਰਨ ਦਾ ਸਾਧਨ ਵੀ ਸਿੱਧ ਹੁੰਦਾ ਹੈ। ਸਿੱਟੇ ਵਜੋਂ ਵਿਅਕਤੀ ਸ਼ਬਦ ਦੇ ਮਾਧਿਅਮ ਰਾਹੀਂ ਆਪਣੇ ਵਰਤਮਾਨ, ਭੂਤ ਅਤੇ ਭਵਿੱਖ ਲਈ ਸ਼ਬਦ ਸੰਚਾਰ ਸਿਰਜਦਾ ਹੈ। ਇਸੇ ਲਈ ਸ਼ਬਦ ਨੂੰ ਕਾਇਆ ਮੁਕਤ ਤ੍ਰੈਕਾਲੀ ਵਜੂਦ ਵਾਲਾ ਪ੍ਰਮਾਣ ਅਰਥਾਤ ਗਿਆਨ ਮਾਰਗ ਮੰਨਿਆ ਜਾਂਦਾ ਹੈ। ਗਿਆਨ ਇੰਦਰੀਆਂ ਅਤੇ ਇਹਨਾਂ ਉੱਤੇ ਆਧਾਰਿਤ ਬਾਕੀ ਗਿਆਨ ਮਾਰਗ ਕੇਵਲ ਵਰਤਮਾਨ ਦਾ ਹੀ ਬੋਧ ਕਰਾਉਂਦੇ ਹਨ ਅਤੇ ਜਦਕਿ ਸ਼ਬਦ ਤਿੰਨਾਂ ਕਾਲਾਂ ਦਾ। ਮਨੁੱਖ ਆਪਣੇ ਆਲੇ ਦੁਆਲੇ ਦੇ ਭੌਤਿਕ ਜਗਤ ਦਾ ਦੇ ਪੰਜ ਤੱਤਾਂ ਆਕਾਸ਼, ਅਗਨੀ, ਵਾਯੂ, ਜਲ, ਪ੍ਰਿਥਵੀ ਨੂੰ
ਪ੍ਰਿਥਵੀ ਦੀ ਅਨੁਭੂਤੀ ਪੰਜ ਗਿਆਨ ਇੰਦਰੀਆਂ ਦੁਆਰਾ, ਪੰਜ ਤਨਮਾਤਰ ਸ਼ਕਤੀਆਂ ਰੂਪ ਰਸ ਗੰਧ ਸਪਰਸ਼ ਅਤੇ ਨਾਦ ਅਤੇ ਉਪਰੋਕਤ ਪੰਜ ਗਿਆਨ ਮਾਰਗਾਂ ਰਾਹੀਂ ਪ੍ਰਾਪਤ ਕਰਦਾ ਹੈ। ਇਹਨਾਂ ਭੌਤਿਕ ਤੱਤਾਂ ਵਿੱਚੋਂ ਪ੍ਰਿਥਵੀ ਨੂੰ ਪੰਜ ਤਨ ਮਾਤਰਾਂ ਰੂਪ ਰਸ ਗੰਧ ਸਪਰਸ਼ ਅਤੇ ਨਾਦ, ਜਦਕਿ ਜਲ ਨੂੰ ਚਾਰ ਤਨ ਮਾਤਰਾਂ ਰੂਪ ਰਸ ਸਪਰਸ਼ ਅਤੇ ਨਾਦ, ਅਗਨੀ ਨੂੰ ਤਿੰਨ ਤਨ ਮਾਤਰਾਂ ਰੂਪ ਸਪਰਸ਼ ਅਤੇ ਨਾਦ, ਵਾਯੂ ਨੂੰ ਦੋ ਤਨ ਮਾਤਰਾਂ ਸਪਰਸ਼ ਅਤੇ ਨਾਦ ਅਤੇ ਆਕਾਸ਼ ਨੂੰ ਇੱਕ ਤਨ ਮਾਤਰ ਨਾਦ ਰਾਹੀਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸ ਤੋਂ ਭਾਵ ਹੈ ਆਕਾਸ਼ ਜਿਸ ਦਾ ਕੋਈ ਰੂਪ ਰਸ ਗੰਧ ਅਤੇ ਸਪਰਸ਼ ਨਹੀਂ, ਉਸਨੂੰ ਉਸਦੀ ਅਨੁਭੂਤੀ ਕੇਵਲ ਚਾਰ ਕੇਵਲ ਨਾਦ ਰਾਹੀਂ ਹੀ ਕੀਤੀ ਜਾ ਸਕਦੀ ਹੈ। ਰੂਪ ਰਸ ਗੰਧ ਅਤੇ ਸਪਰਸ਼ ਰਹਿਤ ਨਿਰਾਕਾਰ ਅਨੰਤ ਅਸੀਮ ਆਕਾਸ਼ ਬ੍ਰਹਿਮੰਡ ਦਾ ਬੋਧ ਕੇਵਲ ਨਾਦ ਰਾਹੀਂ ਹੀ ਕੀਤਾ ਜਾ ਸਕਦਾ ਹੈ। ਆਕਾਸ਼ ਇੱਕ ਨਾਮ ਰੂਪ ਹੈ। ਇੱਕ ਨਾਮੀ ਸ਼ਬਦ ਦੇ ਉਚਾਰਨ ਅਤੇ ਅਰਥ ਦੇ ਅਤੇ ਅਰਥ ਧੁਨੀ ਨਾਦ ਪੈਦਾ ਕਰਦਾ ਹੈ। ਨਾਮ ਰੂਪ ਵਿੱਚ ਸ਼ਬਦ ਨਾਦ ਨਿਰਾਕਾਰ ਅਨੰਤ ਅਸੀਮ ਅਤੇ ਸਰਵ ਵਿਆਪਕ ਆਕਾਸ਼ ਦੀ ਅਨੁਭੂਤੀ ਕਰਵਾਉਂਦਾ ਹੈ। ਸ਼ਬਦ ਨਾਦ ਨਾ ਕੇਵਲ ਆਕਾਸ਼ ਬਲਕਿ ਬਾਕੀ ਭੌਤਿਕ ਤੱਤਾਂ ਦੀ ਅਨੁਭੂਤੀ ਵੀ ਕਰਵਾਉਂਦਾ ਹੈ, ਪਰ ਬਾਕੀਆਂ ਵਿੱਚ ਨਾਮ ਤੋਂ ਇਲਾਵਾ ਕਾਇਆਤਮਕ ਪ੍ਰਤੱਖਣ ਵਾਲੇ ਤਨ ਮਾਤਰ ਵੀ ਸ਼ਾਮਲ ਹੁੰਦੇ ਹਨ। ਜਦਕਿ ਆਕਾਸ਼ ਦਾ ਸ਼ਬਦ ਨਾਦ ਕਾਇਆਤਮਕ ਵਜੂਦ ਰਹਿਤ ਵਜੂਦਾਤਮਕਤਾ ਦੀ ਅਨੁਭੂਤੀ ਕਰਵਾਉਂਦਾ ਹੈ। ਭਾਰਤੀ ਭਾਸ਼ਾ ਦਰਸ਼ਨ ਦਾ ਵਿਆਕਰਨਕਾਰ ਸ਼ਬਦ ਨੂੰ ਸ਼ਬਦ ਅਤੇ ਨਾਦ ਨੂੰ ਆਪਣੀ ਸੋਚ ਨਾਲ ਸੰਬੰਧਿਤ ਕਰਕੇ ਵੇਖਦਾ ਹੈ। ਉਸਦਾ ਮਤ ਹੈ ਕਿ ਸਾਰਾ ਵਸਤੂ ਜਗਤ ਪਦਾਰਥਕ ਅਤੇ ਸੰਕਲਪ ਸ਼ਬਦੋਪਗ੍ਰਾਹੀ ਹੈ, ਅਰਥਾਤ ਮਾਨਵੀ ਸੋਚ ਵਿੱਚ ਪਈਆਂ ਵਸਤੂਆਂ ਸ਼ਬਦਾਂ ਰਾਹੀਂ ਸਰੂਪ ਗ੍ਰਹਿਣ ਕਰਦੀਆਂ ਹਨ। ਪ੍ਰਤੱਖਣ ਅਨੁਮਾਨ ਉਪਮਾ ਅਰਥਾਪਤੀ ਜਾਂ ਅਤੇ ਅਣਉਪਲਬਧੀ ਰਾਹੀਂ ਜਦੋਂ ਅਸੀਂ ਵਸਤੂ ਜਗਤ ਨੂੰ ਗ੍ਰਹਿਣ ਕਰਦੇ ਹਾਂ ਤਾਂ ਇਹ ਸ਼ਬਦ ਨਾਦ ਰੂਪ ਵਿੱਚ ਸਾਡੇ ਮਾਨਸਿਕ ਵਜੂਦ ਬਣ ਜਾਂਦੇ ਹਨ। ਅਸੀਂ ਇਹਨਾਂ ਨੂੰ ਇਹਨਾਂ ਦੇ ਨਾਵਾਂ ਗੁਣਾਂ ਕਾਰਜਾਂ ਅਤੇ ਵਰਤੋਂ ਦੇ ਹਵਾਲੇ ਨਾਲ ਗ੍ਰਹਿਣ ਕਰਦੇ ਹਾਂ। ਇਹ ਸਾਰੇ ਮਾਨਸਿਕ ਵਜੂਦ ਇੱਕ ਮਨੁੱਖ ਦੇ ਅਨੁਭਵ ਅਤੇ ਅਨੁਭੂਤੀਆਂ ਨੂੰ ਉਸਦੇ ਦਿਮਾਗ ਦੇ ਵੈਰਨਿਕ ਕੇਂਦਰ ਵਿੱਚ ਜਮ੍ਹਾਂ ਕਰਦੇ ਹਨ। ਉਸ ਲਈ ਇਹ ਮਾਨਸਿਕ ਵਜੂਦ ਹੀ ਉਸਦਾ ਸੰਸਾਰ ਹੁੰਦੇ ਹਨ। ਜੋ ਕੁਝ ਉਸਦੇ ਸੰਸਾਰ ਵਿੱਚ ਹੁੰਦਾ ਹੈ ਉਹ ਉਸਦੀ ਭਾਸ਼ਾ ਰਾਹੀਂ ਉਸਦੇ ਦਿਮਾਗ ਵਿੱਚ ਮਾਨਸਿਕ ਵਜੂਦਾਂ ਵਜੋਂ ਜਮ੍ਹਾਂ ਹੋ ਜਾਂਦਾ ਹੈ। ਇਸੇ ਲਈ ਭਾਸ਼ਾ ਦਰਸ਼ਨ ਸ਼ਾਸਤਰੀ ਭਰਤਰਹਰੀ ਦਾ ਕਥਨ ਹੈ, ਸ਼ਬਦ ਹੀ ਸੰਸਾਰ ਹੁੰਦਾ ਹੈ। ਉਹ ਸੰਸਾਰ ਇਹ ਸ਼ਬਦ ਹੈ ਜੋ ਵਸਤੂਆਂ ਨੂੰ ਵੇਖਦਾ ਹੈ, ਇਹ ਸ਼ਬਦ ਹੈ ਜੋ ਵਸਤੂਆਂ ਨੂੰ ਪ੍ਰਗਟ ਕਰਦਾ ਹੈ ਜੋ ਲੁਕੀਆਂ ਪਈਆਂ ਹਨ। ਇਸ ਸ਼ਬਦ ਉੱਤੇ ਇੱਕ ਸੀਮ ਸ਼ਬਦ ਅਸੀਮ ਸ਼ਬਦ ਟਿਕੇ ਹੁੰਦੇ ਹਨ। ਉਸ ਅਨੁਸਾਰ ਇੱਕ ਵਸਤੂ ਜਿੰਨਾ ਚਿਰ ਭਾਸ਼ਾਈ ਵਰਤੋਂ ਦੇ ਘੇਰੇ ਵਿੱਚ ਨਹੀਂ ਆਉਂਦੀ ਉਨਾ ਚਿਰ ਉਹ ਹੁੰਦਿਆਂ ਹੋਇਆਂ ਵੀ ਨਾ ਹੋਣ ਦੇ ਬਰਾਬਰ ਰਹਿੰਦੀ ਹੈ। ਇਸ ਦੇ ਉਲਟ ਜੇ ਕੋਈ ਵਸਤੂ ਸ਼ਬਦ ਦੇ ਮਾਧਿਅਮ ਰਾਹੀਂ ਮਨ ਵਿੱਚ ਵਸਾ ਦਿੱਤੀ ਜਾਵੇ, ਅਰਥਾਤ ਉਹ ਨਾ ਹੁੰਦਿਆਂ ਹੋਇਆਂ ਵੀ ਭਾਸ਼ਾਈ ਵਰਤੋਂ ਕਰਕੇ ਮਨੋ ਯਥਾਰਥ ਦੀ ਦੁਨੀਆ ਦਾ ਅੰਗ ਬਣ ਜਾਂਦੀ ਹੈ। ਬਿਲਕੁਲ ਇਸੇ ਸਿਧਾਂਤਕ ਆਧਾਰ 'ਤੇ ਬਾਣੀ ਪਾਠ
ਮਾਨਵੀ ਸਮਝ ਵਿੱਚ ਆਉਣ ਵਾਲੇ ਬਿੰਬਾਂ ਤੇ ਰੂਪਕਾਂ ਦੇ ਮਾਧਿਅਮ ਰਾਹੀਂ ਸੰਭਾਵੀ ਅਨੁਭੂਤੀ ਵਾਲੇ ਬ੍ਰਹਿਮੰਡ ਸਿਰਜਦੇ ਹਨ। ਇਸ ਬ੍ਰਹਿਮੰਡ ਦਾ ਕੇਂਦਰੀ ਸੰਕਲਪ ਇੱਕ ਓਂਕਾਰ ਹੈ ਜੋ ਕੇਵਲ ਨਾਮ ਰਾਹੀਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਗੁਰਪ੍ਰਸਾਦ ਰੂਪ ਵਿੱਚ ਬਾਣੀ ਪਾਠ ਪ੍ਰਤੱਖਣੀ ਬਿੰਬਾਂ ਤੇ ਰੂਪਕਾਂ ਰਾਹੀਂ ਇਸ ਨਿਰਾਕਾਰ ਅਨੰਤ ਅਸੀਮ ਸਤ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਅਪ੍ਰਤੱਖ ਨਾਮ ਰੂਪ ਦੀ ਸੋਝੀ ਵਾਲੀ ਸੁਰਤ ਸਿਰਜਦੇ ਹਨ। ਸਧਾਰਨ ਸੋਝੀ ਵਾਲਾ ਸਿੱਖ ਬਾਣੀ ਪਾਠਾਂ ਦੇ ਬਿੰਬਾਂ ਤੇ ਰੂਪਕਾਂ ਦੇ ਸਥਾਈ ਪਿੰਡੇ ਤੱਕ ਸੀਮਤ ਰਹਿੰਦਾ ਹੈ। ਉਹ ਇਹਨਾਂ ਦੇ ਨਿਤਨੇਮੀ ਪਾਠ ਕਰਨ ਅਤੇ ਬਾਣੀ ਪਾਠਾਂ ਦੇ ਕੀਰਤਨ ਨੂੰ ਸ਼ਰਵਣ ਕਰਨ ਦੀਆਂ ਪ੍ਰਕਿਰਿਆਵਾਂ ਨਿਭਾਉਂਦਾ ਹੈ। ਪਰ ਸ਼ਬਦ ਗੁਰੂ ਦੀ ਸੋਝੀ ਵਾਲਾ ਸਿੱਖ ਬਾਣੀ ਪਾਠਾਂ ਦੀ ਸੰਚਾਰਾਤਮਕਤਾ ਰਾਹੀਂ ਇੱਕ ਓਅੰਕਾਰ ਦੀ ਨਿਰਾਕਾਰ ਵਜੂਦ ਰਹਿਤ ਵਜੂਦ ਆਤਮਕਤਾ ਵਾਲੀ ਸੁਰਤ ਸਿਰਜਣ ਲਈ ਯਤਨਸ਼ੀਲ ਹੁੰਦਾ ਹੈ। ਅਜਿਹਾ ਕਰਨ ਲਈ ਉਹ ਸ਼ਬਦ ਗੁਰੂ ਰਾਹੀਂ ਪ੍ਰਦਰਸ਼ਿਤ ਨਾਮ ਸਿਮਰਨ ਦੀ ਵਿਧੀ ਅਪਣਾਉਣੀ ਪੈਂਦੀ ਹੈ। ਉਹ ਨਾਮ ਸਿਮਰਨ ਅਧੀਨ ਬਾਣੀ ਪਾਠਾਂ ਦੇ ਸ਼ਾਬਦਿਕ ਕਾਵਿਕ ਰਾਗਾਤਮਕ ਵਿਆਕਰਨਕ ਅਤੇ ਸੰਚਾਰਾਤਮਕ ਅਰਥਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰਦਾ ਹੈ। ਇਹਨਾਂ ਦੇ ਮਾਧਿਅਮ ਰਾਹੀਂ ਉਹ ਇੱਕ ਓਂਕਾਰ ਦੀ ਅਤੇ ਉਸ ਦੁਆਰਾ ਬਖਸ਼ੀ ਪ੍ਰਕਿਰਤੀ ਅਤੇ ਪ੍ਰਾਣੀ ਜਗਤ ਦੇ ਵਜੂਦਾਤਮਕ ਯਥਾਰਥ ਨੂੰ ਗ੍ਰਹਿਣ ਕਰਨ ਦਾ ਯਤਨ ਕਰਦਾ ਹੈ। ਨਿਰਾਕਾਰ ਅਸੀਮ ਅਤੇ ਅਨੰਤ ਅਕਾਲ ਪੁਰਖ ਦੀ ਸੋਝੀ ਲਈ ਸ਼ਬਦ ਨੂੰ ਸ਼ਬਦ ਬ੍ਰਹਮ ਦੇ ਸੰਕਲਪ ਰਾਹੀਂ ਪਰਤਰੀ ਹਰੀ ਸੰਚਾਰਿਤ ਕਰਦਾ ਹੋਇਆ ਕਹਿੰਦਾ ਹੈ ਅਨਾਦੀ ਨਿਧਾਨਮ ਬ੍ਰਾ ਸ਼ਬਦ ਤੱਤਵਮ ਯਦ ਅਕਸ਼ਰਮ ਵਿਵਰਤਤੇ ਅਰਥ ਭਾਵੇ ਪ੍ਰਕਿਰਿਆ ਜਗਤੋ ਯਥਾ ਅਰਥਾਤ ਬ੍ਰਹਮ ਜਿਸਦਾ ਆਦ ਅਤੇ ਅੰਤ ਸੰਭਵ ਨਹੀਂ ਉਹ ਅਸਲ ਵਿੱਚ ਸ਼ਬਦ ਤੱਤਵ ਹੈ। ਉਹ ਅੱਖਰ ਹੈ ਉਸਦਾ ਇੱਕ ਹੋਰ ਪੱਖ ਉਸਦਾ ਅਰਥ ਭਾਵ ਹੈ ਜਿਸ ਦੁਆਰਾ ਜਗਤ ਦੀ ਵਿਵਹਾਰਕ ਪ੍ਰਕਿਰਿਆ ਚੱਲਦੀ ਹੈ। ਇਸ ਤੋਂ ਭਾਵ ਹੈ ਕਿ ਆਦ ਅਤੇ ਅੰਤ ਰਹਿਤ ਬ੍ਰਹਮ ਦੀ ਅਨੁਭੂਤੀ ਸ਼ਬਦ ਰਾਹੀਂ ਹੀ ਹੋ ਸਕਦੀ ਹੈ। ਅੱਖਰ ਰੂਪ ਵਿੱਚ ਇਹ ਸ਼ਬਦ ਬ੍ਰਹਮ ਅਰਥਾਂ ਦਾ ਧਾਰਨੀ ਹੁੰਦਾ ਹੈ ਜਗਤ ਦੇ ਵਿਹਾਰ ਨੂੰ ਸੰਚਾਲਿਤ ਕਰਦਾ ਹੈ। ਇੱਥੋਂ ਦੋ ਸੰਕਲਪ ਸਪਸ਼ਟ ਹੁੰਦੇ ਹਨ ਸ਼ਬਦ ਅਤੇ ਅੱਖਰ। ਸ਼ਬਦ ਜਿਸ ਦਾ ਪ੍ਰਗਟ ਰੂਪ ਅੱਖਰ ਹੈ ਉਸ ਬਾਰੇ ਗੁਰੂ ਨਾਨਕ ਬਾਣੀ ਦਾ ਪ੍ਰਸੰਗ ਹੈ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਿਖਾਣ ਬਾਣੀ ਅੱਖਰ ਨਾਲ ਬਣੇ ਨਾਮ ਰਾਹੀਂ ਉਸਤਤ ਹੁੰਦੀ ਹੈ ਅਰਥਾਤ ਅੱਖਰਾਂ ਨਾਲ ਬਣੇ ਨਾਮ ਰਾਹੀਂ ਉਸਤਤ ਹੁੰਦੀ ਹੈ। ਇਹਨਾਂ ਨਾਲ ਹੀ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ। ਅੱਖਰ ਬਾਣੀ ਨੂੰ ਬੋਲਣ ਅਤੇ ਲਿਖਣ ਦਾ ਮਾਧਿਅਮ ਹਨ। ਅੱਖਰ ਅਕਾਲ ਪੁਰਖ ਨਾਲ ਸੰਯੋਗ ਪ੍ਰਾਪਤੀ ਦਾ ਮਾਰਗ ਹਨ। ਅੱਖਰਾਂ ਨਾਲ ਬਣੀ ਬਾਣੀ ਕਥੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਗਾਈ ਜਾਂਦੀ ਹੈ ਸੁਣੀ ਜਾਂਦੀ ਹੈ। ਇਸ ਦਾ ਮਨਨ ਕੀਤਾ ਜਾਂਦਾ ਹੈ। ਗਾਉਣ ਅਤੇ ਸੁਣਨ ਨਾਲ ਮੇਲ ਅਤੇ ਪ੍ਰੀਤ ਭਾਵ ਪੈਦਾ ਹੁੰਦੇ ਹਨ। ਗਾਵੀਏ ਸੁਣੀਏ ਮਨ ਰੱਖੀਏ ਭਾਵ ਅੱਖਰਾਂ ਨਾਲ ਬਣੇ ਸ਼ਬਦ
ਅਰਥਾਤ ਬਾਣੀ ਘੜੀ ਜਾਂਦੀ ਹੈ। ਸ਼ਰਮ ਖੱਟ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ। ਤਾਕੀਆ ਗੱਲਾਂ ਕਥੀਆ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਧਾ ਕੀ ਸੁਧ। ਸ਼ਬਦ ਅਰਥਾਤ ਬਾਣੀ ਰੂਪ, ਸ਼ਬਦ ਬਾਣੀ ਰੂਪ ਘੜਦੇ ਹਨ, ਬਨਾਵਟਾਂ ਘੜਦੇ ਹਨ। ਇਹ ਬਾਣੀ ਰੂਪ ਸ਼ਬਦ ਸੁਰਤ ਮਤ ਮਨ ਅਤੇ ਬੁੱਧ ਨੂੰ ਘੜਦੇ ਹਨ। ਸਿੱਧਾਂ ਦੀ ਸੁਰਤ ਵਾਲੀ ਸੋਝੀ ਸ਼ਬਦਾਂ ਨਾਲ ਘੜੀ ਜਾਂਦੀ ਹੈ। ਇਸ ਤਰ੍ਹਾਂ ਘੜਿਆ ਹੋਇਆ ਬਾਣੀ ਰੂਪ ਬਾਣੀ ਜ਼ੋਰ ਬਣਦਾ ਹੈ। ਇਹ ਸ਼ਬਦ ਜੋ ਅੱਖਰਾਂ ਤੋਂ ਬਣੇ ਹਨ, ਜੋ ਭਾਸ਼ਾ ਰੂਪ ਹੁੰਦੇ ਹੋਏ ਮਤ ਮਨ ਬੁੱਧ ਅਤੇ ਸੁਰਤ ਨੂੰ ਸਿਰਜਦੇ ਹਨ, ਇਹ ਅਕਾਲ ਪੁਰਖ ਦੀ ਟਕਸਾਲ ਵਿੱਚ ਘੜੀ ਜਾਂਦੇ ਹਨ। ਘੜੀਏ ਸ਼ਬਦ ਸੱਚੀ ਟਕਸਾਲ। ਸ਼ਬਦਕ ਜਦੋਂ ਗੁਰੂ ਰੂਪ ਹੁੰਦੇ ਹਨ ਤਾਂ ਇਹਨਾਂ ਦਾ ਸਿਰਜਕ ਅਕਾਲ ਪੁਰਖ ਆਪ ਹੁੰਦਾ ਹੈ। ਇਹ ਮਤ ਮਨ ਬੁੱਧ ਅਤੇ ਸੁਰਤ ਨੂੰ ਘੜਦੇ ਹਨ। ਅਜਿਹੇ ਤ੍ਰਿਕਾਲੀ ਪ੍ਰਕਿਰਤੀ ਅਤੇ ਆਕਾਸ਼ ਤੱਤ ਦੇ ਪ੍ਰਕਾਰਜ ਵਾਲੇ ਸ਼ਬਦ ਹੀ ਅਕਾਲ ਪੁਰਖ ਦੀ ਸੋਝੀ ਲਈ ਨਾਮ ਸਿਮਰਨ ਦਾ ਆਧਾਰ ਬਣਦੇ ਹਨ। ਸਧਾਰਨ ਸਮਝ ਲਈ ਗੁਰੂ ਵਚਨਾਂ ਦੇ ਦੋ ਰੂਪ ਹਨ, ਇੱਕ ਪਾਠ ਦਾ ਉਚਾਰਨੀ ਅਤੇ ਗਾਇਨ ਪੱਖ, ਦੂਸਰਾ ਉਸਦਾ ਸੰਚਾਰੀ ਪੱਖ। ਬਾਣੀ ਪਾਠਾਂ ਦੀ ਪੜ੍ਹਤ ਅਤੇ ਗਾਇਨ ਸਾਨੂੰ ਪਾਠ ਦੇ ਪਿੰਡੇ ਤੱਕ ਸੀਮਤ ਰੱਖਦੀ ਹੈ, ਜਦਕਿ ਇਸ ਦੇ ਪਾਠਾਂ ਦੇ ਨਿਤਨੇਵੀਂ ਪੜ੍ਹਤਾਂ ਨਿਭਾਉਂਦਾ ਅਤੇ ਇਹਨਾਂ ਦੇ ਕੀਰਤਨ ਰਾਹੀਂ ਇਹਨਾਂ ਨੂੰ ਸ਼੍ਰਵਣ ਕਰਦਾ ਹੋਇਆ ਹਾਂ ਅਤੇ ਇਹਨਾਂ ਦੇ ਸ਼ਾਬਦਿਕ ਵਾਕਾਤਮਕ ਅਤੇ ਪਾਠਾਂ ਤੱਕ ਸੰਚਾਰ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਵਚਨਾਂ ਵਿੱਚ ਸਮਾਜ ਦੇ ਸਾਰੇ ਵਰਤਾਰਿਆਂ ਦੀ ਵਿਆਕਰਣ ਦਾ ਬੋਧ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਹੀ ਮਾਨਵੀ ਵਜੂਦ ਆਤਮਕਤਾ, ਪ੍ਰਾਣੀ ਜਗਤ ਅਤੇ ਬ੍ਰਹਿਮੰਡੀ ਵਜੂਦਾਂ ਦੇ ਸਿਰਜਕ ਅਤੇ ਸੰਚਾਲਕ ਦੀ ਅਨੁਭੂਤੀ ਹੁੰਦੀ ਹੈ। ਅਸੀਂ ਮਾਨਵੀ ਜੀਵਨ ਦੇ ਸਾਰੇ ਪਾਸਾਰਾਂ ਅਤੇ ਭੌਤਿਕ ਪਰਿਪੇਖ ਨੂੰ ਸਥਾਈ ਅਤੇ ਪ੍ਰਤੀ ਪੱਧਰ 'ਤੇ ਗ੍ਰਹਿਣ ਕਰ ਸਕਦੇ ਹਾਂ। ਅਸੀਂ ਸਮਝਦੇ ਹਾਂ ਤ੍ਰਿਕਾਲੀ ਵਜੂਦ ਆਤਮਕਤਾ ਦੀ ਪ੍ਰਕਿਰਤੀ ਅਤੇ ਆਕਾਸ਼ ਤੱਤ ਦੇ ਪ੍ਰਤੱਖਣੀ ਪ੍ਰਕਾਰਜ ਵਾਲਾ ਸ਼ਬਦ ਜੇ ਗੁਰੂ ਨਾਨਕ ਦੇਵ ਜੀ ਦੇ ਵਚਨਾਂ ਵਿੱਚ ਸ਼ਬਦ ਗੁਰੂ ਸਰੂਪ ਹੈ ਤਾਂ ਉਸਦੇ ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਅਧਿਆਤਮਿਕ ਵਿਹਾਰ ਦੇ ਕੇਂਦਰ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸਰੂਪ ਵਿੱਚੋਂ ਬਿਰਾਜਮਾਨ ਹੈ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।